ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਫਾਸਟ ਵੇ ਅੰਮ੍ਰਿਤਸਰ ਖਬਰਨਾਮਾ। ਮੈਂ ਹਾਂ ਨਵਨੀਤ ਰੰਧਾਵਾ ਤੇ ਹੁਣ ਇੱਕ ਨਜ਼ਰ ਅੱਜ ਦੇ ਬੁਲੇਟਿਨ ਦੀਆਂ ਮੁੱਖ ਖਬਰਾਂ ਵੱਲ। ਪੂਰੇ ਸੰਸਾਰ 'ਚ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਈਦ ਉਲ ਫਿਤਰ ਦਾ ਤਿਉਹਾਰ। BSF ਦੀ 144 ਬਟਾਲੀਅਨ ਅਤੇ ਮੱਧ ਪ੍ਰਦੇਸ਼ ਦੀ NGO ਵੱਲੋਂ ਲਗਾਇਆ ਗਿਆ ਸਪੈਸ਼ਲ ਕੈਂਪ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 13 ਅਪ੍ਰੈਲ ਨੂੰ ਰਵਾਨਾ ਕੀਤਾ ਜਾਵੇਗਾ ਪਾਕਿਸਤਾਨ ਗੁਰੂਧਾਮਾਂ ਲਈ ਜਥਾ। ਅਤੇ ਹੁਣ ਖਬਰਾਂ ਵਿਸਥਾਰ ਨਾਲ। ਈਦ ਉਲ ਫਿਤਰ ਦਾ ਤਿਉਹਾਰ ਖੈਰੁਦੀਨ ਮਸਜਿਦ ਹੌਲ ਬਾਜ਼ਾਰ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਅਤੇ ਨਮਾਜ਼ ਅਦਾ ਕੀਤੀ ਗਈ। ਵੱਡੀ ਗਿਣਤੀ ਵਿੱਚ ਮੁਸਲਿਮ ਸਮਾਜ ਦੇ ਲੋਕਾਂ ਨੇ ਈਦ ਉਲ ਫਿਤਰ ਦੀ ਨਮਾਜ਼ ਵਿੱਚ ਹਿੱਸਾ ਲਿਆ। ਇਸ ਮੌਕੇ ਲੋਕਾਂ ਨੇ ਆਖਿਆ ਕਿ ਈਦ ਦੇ ਪਾਕ ਮੌਕੇ 'ਤੇ ਦੇਸ਼ ਦੀ ਏਕਤਾ, ਅਖੰਡਤਾ, ਵਿਸ਼ਵ ਸ਼ਾਂਤੀ, ਆਪਸੀ ਭਾਈਚਾਰੇ ਅਤੇ ਪ੍ਰੇਮ ਦੀ ਦੁਆ ਮੰਗੀ ਗਈ ਹੈ। ਈਦ ਦੇ ਮੌਕੇ 'ਤੇ ਮਸਜਿਦ ਦੇ ਬਾਹਰ ਪੁਲਿਸ ਵੱਲੋਂ ਬਿਹਤਰ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਇੱਥੇ ਜ਼ਿਕਰਯੋਗ ਹੈ ਕਿ ਈਦ ਉਲ ਫਿਤਰ ਦੇ ਮੌਕੇ 'ਤੇ ਸ਼ਹਿਰ ਦੀਆਂ ਸਾਰੀਆਂ ਮਸਜਿਦਾਂ ਵਿੱਚ ਕਾਫੀ ਰੌਣਕਾਂ ਲੱਗੀਆਂ ਸੀ। ਸਾਡੇ ਹਾਮਿਦ ਹੁਸੈਨ ਕਾਸਮੀ ਜਿਹੜੇ ਇਮਾਮ ਸਾਹਿਬ ਨੇ, ਉਹਨਾਂ ਨੇ ਇੱਥੇ ਜਿਹੜੀ ਈਦ ਉਲ ਫਿਤਰ ਦੀ ਅੱਜ ਨਮਾਜ਼ ਪੜ੍ਹਾਈ ਹੈ। ਇਹ 30 ਦਿਨ ਦੇ ਰੋਜ਼ੇ ਮੁਸਲਮਾਨ ਰੱਖ ਕੇ ਅਤੇ ਅੱਜ ਉਹ ਈਦ ਦਾ ਚਾਂਦ ਵੇਖਦੇ ਨੇ ਇੱਕ ਰਾਤ ਪਹਿਲਾਂ, ਅਤੇ ਈਦ ਦਾ ਚਾਂਦ ਵੇਖ ਕੇ ਅਤੇ ਉਹ ਸਵੇਰੇ ਈਦ ਉਲ ਫਿਤਰ ਦੀ ਨਮਾਜ਼ ਪੜ੍ਹਦੇ ਨੇ। ਔਰ ਉਹਨਾਂ ਦੇ ਵਿੱਚ ਸਾਰਾ ਖੁਸ਼ੀ ਭਰਿਆ ਮਾਹੌਲ ਹੈ ਸਾਰੇ ਉਮਰ ਦੇ ਵਿੱਚ। ਅੱਜ ਦੁਆਵਾਂ ਵੀ ਕੀਤੀਆਂ ਸਾਡੇ ਦੇਸ਼ ਵਾਸਤੇ। ਮੁਸਲਿਮ ਭਾਈਚਾਰੇ ਵਾਸਤੇ ਬਹੁਤ ਵੱਡਾ ਦਿਨ ਹੈ। ਈਦ ਉਲ ਫਿਤਰ ਦੀ ਨਮਾਜ਼ ਅਦਾ ਕੀਤੀ ਸਭ ਨੇ, ਅਤੇ ਮੈਂ ਇੱਥੇ ਆਪਣੇ ਇਸ ਸਾਰੇ ਭਾਈਚਾਰੇ ਨੂੰ ਬਹੁਤ ਬਹੁਤ ਮੁਬਾਰਕ ਦੇਣ ਆਇਆ। ਸਭ ਨੂੰ ਮਿਲਿਆ ਮੈਂ, ਕਿਉਂਕਿ ਹਿੰਦੁਸਤਾਨ ਹੈ ਇੱਕ ਗੁਲਦਸਤਾ ਵਾ। ਸਭ ਪਿਆਰ ਨਾਲ ਰਹਿਣ, ਭਾਈਚਾਰੇ ਨਾਲ ਰਹਿਣ, ਖੁਸ਼ ਰਹਿਣ, ਤਰੱਕੀ ਕਰਨ, ਹਰ ਇੱਕ ਨੂੰ ਤਰੱਕੀ ਦਾ ਮੌਕਾ ਮਿਲੇ। ਅਤੇ ਪਿਆਰ ਜਿਹੜਾ ਵਾ, ਹਰ ਧਰਮ ਜਿਹੜਾ ਪਿਆਰ ਸਿਖਾਉਂਦਾ, ਸਤਿਕਾਰ ਸਿਖਾਉਂਦਾ, ਇੱਕ ਦੂਜੇ ਦਾ ਦੁੱਖ ਸੁੱਖ ਦੇ ਵਿੱਚ ਆਪਾਂ ਸ਼ਾਮਿਲ ਹੋਣਾ ਸਿਖਾਉਣ ਦਾ। ਅਤੇ ਅੱਜ ਮੈਂ ਖੁਸ਼ੀ ਦਾ ਮੌਕਾ, ਅਤੇ ਅੱਜ ਸਭ ਸ਼ਾਮਿਲ ਹੋਣਾ ਆ। ਸਭ ਨੂੰ ਇੱਕ ਵਾਰੀ ਫਿਰ ਈਦ ਉਲ ਫਿਤਰ ਦੀ ਬਹੁਤ ਬਹੁਤ ਮੁਬਾਰਕ ਸਾਰਿਆਂ ਨੂੰ। ਈਦ ਮੁਬਾਰਕ। ਅਤੇ ਅੱਜ ਦੇ ਮੌਕੇ 'ਤੇ ਇਹੋ ਹੀ ਜ਼ਰੂਰੀ ਗੱਲ ਹੈ ਕਿ ਅੰਮ੍ਰਿਤਸਰ ਦਾ ਭਾਈਚਾਰਾ ਆਲਵੇਜ਼ ਬਣਿਆ ਰਿਹਾ ਆ ਔਰ ਇਹਨੂੰ ਬਣਿਆ ਰਹਿਣ ਦੇਣਾ। ਅਸੀਂ ਬਿਲਕੁਲ ਕਦੀ ਭਾਈਚਾਰਾ ਟੁੱਟਣ ਨਹੀਂ ਦੇਵਾਂਗੇ। ਈਦ ਉਲ ਫਿਤਰ ਦੀ ਨਮਾਜ਼ ਹਾਲਗੜ੍ਹ ਜੁਮਾ ਮਸਜਿਦ ਵਿੱਚ ਈਦ ਦਾ ਨਮਾਜ਼ ਪੜ੍ਹ ਕੇ ਦੇਸ਼ ਵਾਸਤੇ ਅਮਨ ਸ਼ਾਂਤੀ ਵਾਸਤੇ ਦੁਆ ਕੀਤੀ ਗਈ। ਠੀਕ ਹੈ, ਮੈਂ ਆਲ ਮੁਸਲਿਮ ਵੈਲਫੇਅਰ ਸੋਸਾਇਟੀ ਇੰਡੀਆ ਦਾ ਪ੍ਰਧਾਨ ਮਾਨਿਕਾਲੀ, ਮੈਂ ਸਾਰੇ ਦੇਸ਼ ਵਾਸੀਆਂ ਨੂੰ ਈਦ ਦਾ ਮੁਬਾਰਕਬਾਦ ਦਿੰਦਾ ਔਰ ਸਾਰੇ ਹਿੰਦ ਸਿੱਖ ਸਾਈਂ ਸਾਰੇ ਏਕਤਾ ਜੁਲ ਕੇ ਰਹਿਣਾ ਚਾਹੀਦਾ। ਇਹ ਖੈਰੁਦੀਨ ਹਾਲ ਬਾਜ਼ਾਰ ਜਮਾ ਮਸਜਿਦ ਹੈ। ਅੱਜ ਹਮਾਰਾ ਈਦ 30 ਰੋਜ਼ੇ ਕੇ ਬਾਅਦ ਈਦ ਕਾ ਨਮਾਜ਼ ਹੋਤਾ ਹੈ। ਈਦ ਕੇ ਨਮਾਜ਼ ਕੇ ਬਾਅਦ ਹਮ ਪੂਰੇ ਦੁਨੀਆ ਪੂਰੇ ਹਿੰਦੁਸਤਾਨ ਕੇ ਲੀਏ ਦੁਆ ਕਰਤੇ ਹੈ। ਪੂਰੇ ਦੁਨੀਆ ਮੈਂ ਅਮਨ ਔਰ ਸ਼ਾਂਤੀ ਹੋ, ਹਮਾਰੇ ਆਪਸ ਮੈਂ ਭਾਈਚਾਰਗੀ ਕਾਇਮ ਰਹੇ ਔਰ ਇੱਕ ਦੂਸਰੇ ਕੋ ਮੁਬਾਰਕਬਾਦ ਦੇਤੇ ਹੈ। ਜੋ ਹਮਾਰੇ ਗਰੀਬ ਤਬੀਏ ਕੇ ਲੋਗ ਹੈ ਉਸਕਾ ਖਿਆਲ ਰੱਖਾ ਜਾਤਾ ਹੈ। ਹਮ ਲੋਗ ਇੱਕ ਮਹੀਨਾ ਰੋਜ਼ਾ ਰੱਖਤੇ ਹੈ। ਰੋਜ਼ਾ ਇੱਕ ਮਹੀਨਾ ਰੱਖਣੇ ਕੇ ਬਾਅਦ ਰਾਤ ਕੋ ਚਾਂਦ ਦੇਖ ਕੇ ਉਸਕੀ ਖੁਸ਼ੀ ਮੇਂ ਇੱਕ ਖੁਸ਼ੀ ਮੇਂ ਹਮ ਈਦ ਮਨਾਤੇ ਹੈ। ਜੋ ਹਮਨੇ ਇਬਾਦਤ ਕੀ ਹੈ ਰੋਜ਼ੇ ਕੀ, ਉਸਕੀ ਖੁਸ਼ੀ ਮੇਂ ਹਮ ਲੋਗ ਆਜ ਈਦ ਖੁਸ਼ੀ ਮਨਾ ਰਹੇ ਹੈ।
ਹਿੰਦੁਸਤਾਨ ਗੁਰੂਆਂ ਪੀਰਾਂ ਅਤੇ ਪੈਗੰਬਰਾਂ ਦੀ ਧਰਤੀ ਹੈ ਔਰ ਇੱਥੇ ਹਰ ਤਿਉਹਾਰ ਨੂੰ ਬੜਾ ਹੀ ਮਿਲਜੁਲ ਕੇ ਮਨਾਇਆ ਜਾਂਦਾ ਹੈ ਔਰ ਅੱਜ ਈਦ ਉਲ ਫਿਤਰ ਦੇ ਮੌਕੇ ਦੇ ਉੱਤੇ ਮੁਸਲਮਾਨ ਭਾਈਚਾਰੇ ਵੱਲੋਂ ਅੱਜ ਜਿਹੜੀ ਨਮਾਜ਼ ਅਦਾ ਕੀਤੀ ਗਈ ਹੈ ਭਾਰਤ ਮੁਲਕ ਅਤੇ ਦੇਸ਼ ਦੀ ਤਰੱਕੀ ਅਤੇ ਦੇਸ਼ ਦੇ ਲੋਕਾਂ ਦੀ ਚੰਗੀ ਸਿਹਤ ਦੇ ਲਈ ਜਿਹੜੀ ਨਮਾਜ਼ ਪੜ੍ਹੀ ਗਈ ਹੈ ਅਤੇ ਲੋਕਾਂ ਨੂੰ ਇੱਕੋ ਸੰਦੇਸ਼ ਦਿੱਤਾ ਜਾ ਰਿਹਾ ਕਿ ਆਪਸੀ ਭਾਈਚਾਰੇ ਨੂੰ ਕਾਇਮ ਕਰਨ ਦੀ ਲੋੜ ਹੈ ਤਾਂ ਜੋ ਸਾਡਾ ਦੇਸ਼ ਹੋਰ ਤਰੱਕੀ ਕਰ ਸਕੇ। ਕੈਮਰਾਮੈਨ ਰਕੇਸ਼ ਕੁਮਾਰ ਦੇ ਨਾਲ ਸੁਸ਼ੀਲ ਸ਼ਰਮਾ, ਫਸਟ ਨਿਊਜ਼, ਅੰਮ੍ਰਿਤਸਰ। ਅੰਮ੍ਰਿਤਸਰ ਵਿਖੇ ਇੱਕ ਕੈਂਪ ਲਗਾਇਆ ਗਿਆ ਜਿਸ ਵਿੱਚ BSF ਦੀ 144 ਬਟਾਲੀਅਨ ਦੇ AOR ਵਿੱਚ BSF ਦੇ ਇੱਕ ਵਾਰਡ ਅਤੇ ਸਰਹੱਦੀ ਪਿੰਡਾਂ ਦੇ ਕਈ ਨਾਗਰਿਕਾਂ ਨੂੰ ਮੁਫਤ ਨਕਲੀ ਹੱਥ ਮੁਹੱਈਆ ਕਰਵਾਏ ਗਏ। ਇਹ ਉਪਰਾਲਾ ਮੱਧ ਪ੍ਰਦੇਸ਼ ਦੇ ਇੱਕ NGO ਦੇ ਸਹਿਯੋਗ ਨਾਲ ਕੀਤਾ ਗਿਆ। ਇਸ ਸੰਬੰਧੀ 144 BL BSF ਵੱਲੋਂ ਕਿਸੇ ਵੀ ਘਟਨਾ ਵਿੱਚ ਹੱਥ ਗਵਾਉਣ ਵਾਲੇ ਜਵਾਨਾਂ ਦੀ ਭਲਾਈ ਲਈ ਵਿਆਪਕ ਪ੍ਰਚਾਰ ਕੀਤਾ ਗਿਆ ਜਿਸ ਨਾਲ ਉਹ ਆਪਣੇ ਰੋਜ਼ਾਨਾ ਦੇ ਕੰਮ ਜਿਵੇਂ ਕਿ ਖਾਣ ਪੀਣ, ਡਰਾਈਵਿੰਗ ਆਦਿ ਬਹੁਤ ਆਸਾਨੀ ਨਾਲ ਕਰ ਸਕਦੇ ਹਨ। DIG BSF ਅੰਮ੍ਰਿਤਸਰ ਸੰਜੇ ਗੌੜ ਨੇ ਕੈਂਪ ਨੂੰ ਸੰਬੋਧਨ ਕੀਤਾ ਅਤੇ ਗੈਰ ਕਾਨੂੰਨੀ ਸੰਗਠਨਾਂ ਅਤੇ 144 ਬਟਾਲੀਅਨ BSF ਦੇ ਯਤਨਾਂ ਦੀ ਸ਼ਲਾਘਾ ਕੀਤੀ। ਕੋ ਹਮਨੇ ਆਜ ਇੱਕ ਯਹਾਂ ਪੇ ਕੈਂਪ ਆਰਗੇਨਾਈਜ਼ ਕੀਆ ਹੈ। ਇਸ ਮੇਂ ਹਮਨੇ ਮੱਧ ਪ੍ਰਦੇਸ਼ ਸੱਤਾ ਮੇਂ ਜੋ ਇੱਕ NGO ਹੈ ਇਸਸੇ ਹਮਨੇ ਕੋਆਰਡੀਨੇਸ਼ਨ ਕੀਆ ਥਾ, ਇਨਕੋ ਹਮਨੇ ਯਹਾਂ ਪੇ ਇਨਵਾਈਟ ਕੀਆ ਥਾ ਇਹ ਪ੍ਰੋਸਥੈਟਿਕ ਹੈਂਡ ਲਗਾਨੇ ਕੇ ਲੀਏ। ਮੈਨੇ ਦੇਖਾ ਕਿ ਹਮਾਰੇ ਬਟਾਲੀਅਨ ਕੇ ਏਰੀਆ ਮੇਂ ਕਾਫੀ ਗਾਂਵ ਵਾਲੇ ਐਸੇ ਹੈ ਜਿਨਕਾ ਹੱਥ ਕੱਟ ਚੁੱਕਾ ਹੈ, ਤੋ ਉਨਕੀ ਤਕਲੀਫ ਕੋ ਦੇਖਤੇ ਹੋਏ ਹਮਨੇ ਕੋਸ਼ਿਸ਼ ਕੀਆ ਔਰ ਇੱਕ NGO ਜੋ ਸਤਨਾ ਮੇਂ ਮੱਧ ਪ੍ਰਦੇਸ਼ ਮੇਂ ਬੇਸਡ ਹੈ ਉਨਸੇ ਕਾਫੀ ਹਮਨੇ ਕੋਆਰਡੀਨੇਟ ਕੀਆ ਔਰ ਉਨ੍ਹੋਨੇ ਵੀ ਇੰਟਰਸਟ ਦਿਖਲਾਇਆ, ਉਹ ਯਹਾਂ ਪੇ ਆਏ। ਤਕਰੀਬਨ 19 ਗਾਂਵ ਕੇ ਲੋਕ ਜੋ ਕਿ ਬੋਰਡਿੰਗ ਵਿਲੇਜ ਮੇਂ ਯਹਾਂ ਪੇ ਰਹਿਤੇ ਹੈ ਯੇ ਯਹਾਂ ਪੇ ਇਨ੍ਹੋਨੇ ਆਜ ਯਹਾਂ ਪਾਰਟੀਸਿਪੇਟ ਕੀਆ ਇਨਕੇ ਹੱਥ ਯਹਾਂ ਪੇ ਲਗਾਏ ਜਾ ਰਹੇ ਹੈ ਔਰ ਯੇ ਹੱਥ ਐਸੇ ਹੈ ਜਿਸਸੇ ਯੇ ਖਾਣਾ ਵੀ ਖਾ ਸਕਤੇ ਹੈ, ਡਰਾਈਵਿੰਗ ਵੀ ਕਰ ਸਕਤੇ ਹੈ, ਆਪਣੇ ਦਿਨ ਕੇ ਜੋ ਕਾਰੇ ਹੈ ਉਹ ਕਰ ਪਾਏਗੇ, ਅਬ ਇਨਕੋ ਦੂਸਰੋ ਪੇ ਨਿਰਭਰ ਰਹਿਣਾ ਨਹੀਂ ਪੜੇਗਾ। ਇਹ ਸੰਸਥਾ ਨੇ ਪਹਿਲੀ ਵਾਰੀ ਇਨੀਸ਼ੀਏਟਿਵ ਲਿਆ ਕਿ ਹਮ ਲੋਕ ਪ੍ਰੋਸਥੈਟਿਕ ਲਿਮ ਉਨ ਲੋਗੋ ਕੋ ਲਗਾਏ ਜਿਨ ਲੋਗੋ ਨੇ ਐਕਸੀਡੈਂਟ ਮੇਂ ਯਾ ਜਨਮ ਸੇ ਹੀ ਆਪਣੇ ਹੱਥ ਕੁਛ ਰੀਜ਼ਨ ਸੇ ਖੋ ਚੁੱਕੇ ਥੇ। ਤੋ ਹਮਾਰਾ ਯੇ ਨੋਬਲ ਕੌਜ਼ ਜੋ ਸਤਨਾ ਮੇਂ ਹੋਣੇ ਜਾ ਰਹਾ ਥਾ ਵੋ ਹਮੇਂ ਇੱਕ ਮੌਕਾ ਮਿਲਾ BSF ਕਮਾਂਡੈਂਟ ਅਜੇ ਮਿਸ਼ਰਾ ਸਰ ਦੁਆਰਾ ਕਿ ਉਨ੍ਹੋਂਨੇ ਹਮਕੋ ਯੇ ਬੋਲਾ ਔਰ ਹਮੇਂ ਹਿੰਮਤ ਦੀ ਕਿ ਆਪ ਯਹਾਂ ਪਰ ਆਈਏ ਔਰ ਯਹਾਂ ਐਸੇ ਲੋਗੋ ਕੀ ਬਹੁਤ ਨੀਡ ਹੈ। ਤੋ ਹਮਨੇ ਯੇ ਪ੍ਰੋਜੈਕਟ ਕੋ ਯਹਾਂ ਪਰ ਕੀਆ ਔਰ ਆਜ ਹਮ 25 ਐਸੇ ਬੈਨੀਫਿਸ਼ਰੀਜ਼ ਕੋ ਪ੍ਰੋਸਥੈਟਿਕ ਲਿਮ ਪ੍ਰੋਵਾਈਡ ਕਰਨੇ ਜਾ ਰਹੇ ਔਰ ਉਨਕੀ ਲਾਈਫ ਮੇਂ ਇੱਕ ਨਯਾ ਸਵੇਰਾ ਹੋ ਜਾਏ, ਬਸ ਯਹੀ ਹਮਾਰੀ ਸ਼ੁਭਕਾਮਨਾਏ ਹੈ। ਵਿਸਾਖੀ ਦੇ ਤਿਉਹਾਰ ਮੌਕੇ ਸੰਗਤਾਂ ਖਾਲਸਾ ਸਾਜਨਾ ਦਿਵਸ ਮਨਾਉਣ ਲਈ ਪਾਕਿਸਤਾਨ ਦੇ ਗੁਰਧਾਮਾਂ ਦੇ ਦਰਸ਼ਨਾਂ ਲਈ ਜਾ ਰਹੀਆਂ ਹਨ। SGPC ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਰਧਾਲੂਆਂ ਦਾ ਜਥਾ 13 ਅਪ੍ਰੈਲ ਨੂੰ ਸਵੇਰੇ 8 ਵਜੇ ਰਵਾਨਾ ਕੀਤਾ ਜਾਵੇਗਾ। SGPC ਵੱਲੋਂ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਨੂੰ ਪਾਸਪੋਰਟ ਤੇ ਵੀਜ਼ੇ ਦਿੱਤੇ ਗਏ। ਸ਼ਰਧਾਲੂਆਂ ਦੇ ਵਿੱਚ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲੀ। ਇੱਥੇ ਜ਼ਿਕਰਯੋਗ ਹੈ ਕਿ 1525 ਸ਼ਰਧਾਲੂਆਂ ਨੇ ਵੀਜ਼ਾ ਅਪਲਾਈ ਕੀਤਾ ਸੀ ਪਰ 929 ਸ਼ਰਧਾਲੂਆਂ ਨੂੰ ਹੀ ਵੀਜ਼ਾ ਮਿਲਿਆ ਹੈ। ਬਹੁਤ ਖੁਸ਼ੀ ਹੋ ਰਹੀ ਹੈ ਜੀ, ਅਸੀਂ ਪਾਕਿਸਤਾਨ ਜਾ ਰਹੇ ਹਾਂ, ਉੱਥੇ ਦਰਸ਼ਨ ਕਰਾਂਗੇ, ਜੋ TV 'ਚ ਵੇਖੀਦਾ ਜੀ ਉਹ ਹੁਣ ਜਾ ਕੇ ਅੱਖਾਂ ਨਾਲ ਵੇਖਾਂਗੇ। ਉਹਨਾਂ ਨੂੰ ਕਿਹਾ ਉਹਨੂੰ ਵੇਖੋ ਕਿ ਹੌਸਲਾ ਰੱਖੋ ਮਹਾਰਾਜ, ਪਰਮਾਤਮਾ ਗੁਰੂ ਨਾਨਕ ਦੇਵ ਜੀ ਧਰਤੀ ਕਿਰਪਾ ਕਰਨ ਅਗਲੀ ਵਾਰ ਤੁਹਾਡਾ ਵੀਜ਼ਾ ਮਿਲ ਜੇ। ਇਹ 10 ਤੋਂ ਇਹਦੇ 'ਤੇ ਲਿਖਿਆ ਵਾ 10 ਤੋਂ ਲੈ ਕੇ। ਹਾਂਜੀ, ਬਹੁਤ ਖੁਸ਼ੀ ਮਹਿਸੂਸ ਹੋ ਰਹੀ ਆ, ਹੱਦ ਤੋਂ ਵੱਧ ਖੁਸ਼ੀ ਮਹਿਸੂਸ ਹੋ ਰਹੀ ਹੈ। ਹਾਂਜੀ, ਇਕੱਲੀ ਜਾ ਰਹੇ ਹਾਂ, ਪਹਿਲੀ ਵਾਰ ਜਾ ਰਹੇ ਹਾਂ। ਅਸੀਂ ਕਿਤੇ ਬਹੁਤ ਸ਼ੁਕਰਾਨਾ ਕਰਾਂਗੇ, ਚਲੋ ਉਹਨਾਂ ਸਾਨੂੰ ਦਰਸ਼ਨ ਕਰਨ ਦੇ, ਉਹਨਾਂ ਨੇ ਸਾਡੇ 'ਤੇ ਮਿਹਰ ਕੀਤੀ, ਇਹਨਾਂ ਨੇ ਅੱਜ ਸਾਨੂੰ ਦਰਸ਼ਨ ਕਰਵਾਉਣੇ ਆ, ਬਹੁਤ ਖੁਸ਼ੀ ਦੀ ਗੱਲ ਹੈ।
ਗੁਰੂ ਧਾਮ ਜੋ ਸਾਰੇ ਗੁਰਦੁਆਰੇ ਦਰਸ਼ਨ ਕਰਾਂਗੇ ਉੱਥੇ ਪਾਕਿਸਤਾਨ ਦੇ ਹਸਨ ਅਬਦਾਲ, ਪੰਜਾਬ ਸਾਹਿਬ, ਨਨਕਾਣਾ ਸਾਹਿਬ, ਲਾਹੌਰ ਸਾਹਿਬ, ਸਾਰੇ ਦਰਸ਼ਨ ਕਰਨ ਜਿੰਨੇ ਹੋਣਗੇ, ਜਿੰਨੇ ਕਰਾਉਣਗੇ ਸਾਰੇ ਪੜ੍ਹਾਂਗੇ ਸੰਗਤ। ਸ਼੍ਰੋਮਣੀ ਅਕਾਲੀ ਦਲ ਬਾਦਲ ਲੋਕ ਸਭਾ ਹਲਕਾ ਅੰਮ੍ਰਿਤਸਰ ਦੇ ਇੰਚਾਰਜ ਅਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਵੱਲੋਂ ਵਿਧਾਨ ਸਭਾ ਹਲਕਾ ਰਾਜਾ ਸਾਂਸੀ ਅਧੀਨ ਪੈਂਦੇ ਇਤਿਹਾਸਿਕ ਗੁਰਦੁਆਰਾ ਗੁਰੂਸਰ ਬਰਾੜ, ਗੁਰਦੁਆਰਾ ਨਾਨਕਸਰ ਸੌੜੀਆਂ ਅਤੇ ਗੁਰਦੁਆਰਾ ਦਮਦਮਾ ਸਾਹਿਬ ਪਿੰਡੀ ਔਲਖ ਵਿਖੇ ਨਤਮਸਤਕ ਹੋ ਕੇ ਜਿੱਤ ਦੀ ਅਰਦਾਸ ਕੀਤੀ ਗਈ। ਇਸ ਮੌਕੇ ਉਹਨਾਂ ਦੇ ਨਾਲ ਹਲਕਾ ਰਾਜਾ ਸਾਂਸੀ ਦੇ ਇੰਚਾਰਜ ਅਤੇ ਸਾਬਕਾ ਵਿਧਾਇਕ ਜਥੇਦਾਰ ਵੀਰ ਸਿੰਘ ਲੋਪੋਕੇ, ਰਾਣਾ ਰਣਬੀਰ ਸਿੰਘ ਲੋਪੋਕੇ, ਜ਼ਿਲ੍ਹਾ ਦਿਹਾਤੀ ਪ੍ਰਧਾਨ ਰਾਜਵਿੰਦਰ ਰਾਜਾ, ਸ਼੍ਰੋਮਣੀ ਕਮੇਟੀ ਮੈਂਬਰ ਸੁਰਜੀਤ ਸਿੰਘ ਪਿੱਟੇਵਾਲ, ਸਾਬਕਾ ਚੇਅਰਮੈਨ ਜਤਿੰਦਰ ਸਿੰਘ ਕਾਲਾ, ਦਿਹਾਤੀ ਦੇ ਸੀਨੀਅਰ ਮੀਤ ਪ੍ਰਧਾਨ ਪਵਿੱਤਰ ਸਿੰਘ ਛੀਨਾ ਸਮੇਤ ਕਈ ਲੋਕ ਮੌਜੂਦ ਸਨ। ਇਹ ਪਰਾਲੀ ਦੇ ਤੇਲ ਕੱਢਣ ਦੀ ਗੱਲ ਕਰਦੇ, ਪਰਾਲੀ ਚੁੱਕ ਲਓ ਨਾ, ਲੈ ਜਾਓ, ਇਕੱਠੀ ਕਰੋ, ਲੈ ਜਾਓ, ਤੇਲ ਵਿੱਚੋ ਪਰਾਲੀ ਵਿੱਚੋ ਜੋ ਮਰਜ਼ੀ ਕਰੋ, ਕਿਸਾਨ ਦਾ ਸੋਰਸ ਹੀ ਨਹੀਂ ਹੈਗੇ ਕਿਸਾਨ ਕੋਲ। ਇਹ ਹਵਾਈ ਗੱਲਾਂ ਕਰਕੇ ਲੋਕਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕਰਦੇ ਆ। ਸਾਡੀ ਵੱਡੀ ਡਿਮਾਂਡ ਆ MSP ਸਬਜ਼ੀਆਂ ਦੇ ਦਿਓ, ਤੁਸੀਂ ਭਾਵੇਂ ਜਿੰਨਾਂ ਨੂੰ ਮਰਜ਼ੀ ਵਿੱਚੋ ਜਹਾਜ਼ਾਂ 'ਚ ਲੱਦ ਕੇ ਖੜੋ, ਸਮੁੰਦਰੀ ਜਹਾਜ਼ਾਂ 'ਚ ਲੱਦ ਕੇ ਖੜੋ। ਪ੍ਰੈਕਟੀਕਲ ਤਾਂ ਗੱਲ ਇਹ ਆ, ਉਹ 10 ਰੁਪਏ ਕਿਲੋ ਤਾਂ ਗੋਭੀ ਵਿਕਦੀ ਨਹੀਂ, ਰੁਪਈਏ ਨੂੰ ਮਿਲਦੀ ਵਿਕਦੀ ਆ, 350 ਰੁਪਏ ਕਿਲੋ ਦੀ ਗੱਲਾਂ ਕਰਦੇ ਆ, ਮੈਨੂੰ ਤਾਂ ਸਮਝ ਨਹੀਂ ਆਉਂਦੀ। ਬਾਰਡਰ ਖੋਲ੍ਹ ਦੇਣ, ਸਾਡਾ ਟਮਾਟਰ ਸਾਡੀਆਂ ਸਬਜ਼ੀਆਂ ਵੈਸੇ ਹੀ ਚੱਲ ਜਾਣ। ਆਹ ਵਾ 10 ਕਿਲੋਮੀਟਰ 'ਤੇ, ਜਲੰਧਰ ਦੂਰ ਹੈ, ਲਾਹੌਰ ਨੇੜੇ ਆ। ਸਾਡਾ ਪੰਜਾਬ ਖੁਸ਼ਹਾਲ ਹੋ ਜੂਗਾ, ਸਾਡਾ ਵਪਾਰੀ ਖੁਸ਼ਹਾਲ ਹੋ ਜੂਗਾ, ਸਾਡਾ ਕਿਸਾਨ ਖੁਸ਼ਹਾਲ ਹੋ ਜੂਗਾ। ਕੀ ਦਿੱਕਤ ਆ, ਕਿਉਂ ਗੱਲ ਚੰਗੂਟ ਦੇ ਕੇ ਰੱਖਿਆ? ਇਸ ਕਰਕੇ ਸਾਡੀਆਂ 2 ਮੇਜਰ ਡਿਮਾਂਡ ਆ, ਕਿਸਾਨਾਂ ਦੀਆਂ, ਬਾਰਡਰ ਦੀਆਂ। ਬਾਰਡਰ ਦੀ ਡਿਮਾਂਡ ਜਿਹੜੀ ਆ ਖੋਲ੍ਹਣ ਦੀ, ਪੰਜਾਬ ਦਾ ਸਾਰਾ ਵਪਾਰੀ ਜਿਹੜਾ ਵਾ ਉਹ ਹੌਲੀ ਹੌਲੀ ਇੰਡਸਟਰੀ ਵਪਾਰ ਤਬਾਹ ਹੁੰਦਾ ਜਾਂਦਾ, ਕਿਸਾਨੀ ਤਬਾਹ ਹੁੰਦੀ ਜਾਂਦੀ ਆ। ਆਲੂ, ਟਮਾਟਰ, ਗੋਭੀਆਂ, ਸਬਜ਼ੀਆਂ ਤਾਂ ਸੜਕਾਂ 'ਤੇ ਸੁੱਟਣੀਆਂ ਪੈਂਦੀਆਂ। ਅੰਮ੍ਰਿਤਸਰ ਦੇ ਰਾਮਬਾਗ ਇਲਾਕੇ ਦੇ ਵਿੱਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇੱਕ ਘਰ ਵਿੱਚ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ। ਦੱਸਿਆ ਜਾ ਰਿਹਾ ਹੈ ਕਿ ਪਰਿਵਾਰਕ ਮੈਂਬਰ ਕਿਸੇ ਕੰਮ ਲਈ ਘਰੋਂ ਬਾਜ਼ਾਰ ਗਏ ਸੀ ਅਤੇ ਪਿੱਛੋਂ ਉਹਨਾਂ ਦੇ ਘਰ ਵਿੱਚ ਅੱਗ ਲੱਗ ਗਈ। ਘਰ ਦੇ ਮਾਲਕ ਜਦੋਂ ਘਰ ਪੁੱਜੇ ਤਾਂ ਉਹਨਾਂ ਦਾ ਘਰ ਦਾ ਸਮਾਨ ਸਾਰਾ ਸੜ ਕੇ ਸਵਾਹ ਹੋ ਚੁੱਕਾ ਸੀ। ਦਮਕਲ ਵਿਭਾਗ ਦੀਆਂ 3 ਗੱਡੀਆਂ ਅੱਗ ਬੁਝਾਉਣ ਲਈ ਪੁੱਜੀਆਂ ਅਤੇ ਅੱਗ 'ਤੇ ਕਾਬੂ ਪਾਇਆ। ਪੀੜਤ ਪਰਿਵਾਰ ਨੇ ਦੱਸਿਆ ਕਿ ਘਰ ਦੇ ਅੰਦਰ ਇੱਕ ਛੋਟਾ ਕਤੂਰਾ ਸੀ ਜਿਸ ਦੀ ਇਸ ਅੱਗ ਦੇ ਕਾਰਨ ਮੌਤ ਹੋ ਗਈ ਹੈ। ਪਤਾ ਨਹੀਂ ਭਾਜੀ, ਬਸ ਮੈਂ ਤਾਂ ਬੂਹੇ ਦੇ ਕੋਲ ਖੜੀ ਸੀ ਸਬਜ਼ੀ ਲੈ ਕੇ, ਉੱਤੋਂ ਚੰਗਿਆੜੇ ਨਿਕਲੇ ਨੇ ਪਹਿਲਾਂ ਪਹਿਲਾਂ ਇੱਧਰੋਂ ਨਿਕਲਿਆ, ਫਿਰ ਸਾਹਮਣੇ ਸਾਈਡ ਤੋਂ ਨਿਕਲਿਆ, ਫਿਰ ਅੰਕਲ ਜੀ ਮਿਸਤਰੀ ਲੱਗੇ ਹੋਏ ਸੀ ਸਾਹਮਣੇ ਗੋਦਾਮ ਵਿੱਚ, ਉਹ ਕਹਿੰਦੇ ਤੁਹਾਡੇ ਅੰਦਰੋਂ ਨਾ ਮੇਨ ਸੁੱਚ ਕੋਲੋਂ ਅੱਗ ਨਿਕਲੀ। ਮੈਂ ਕਿਹਾ ਨਹੀਂ ਅੰਕਲ ਜੀ, ਕਬੂਤਰ ਬੈਠੇ, ਫਿਰ ਨਿਕਲੀ। 5-10 ਮਿੰਟ ਵਿੱਚ ਵੇਖਿਆ ਤਾਂ ਸਾਹਮਣੇ ਕੋਠੇ ਤੋਂ ਆਂਟੀ ਨੇ ਆਵਾਜ਼ ਦਿੱਤੀ, ਤੁਹਾਡੇ ਕੋਠੇ ਧੂੰਆਂ ਹੈਗਾ ਵਾ। ਜਦੋਂ ਮੈਂ ਬੂਹਾ ਖੋਲ੍ਹ ਕੇ ਦੇਖਿਆ ਸਾਹਮਣੇ ਸਾਡੇ ਭਾਅ ਜੀ ਗਏ ਸੀ, ਉਹਨਾਂ ਨੇ ਜਾ ਕੇ ਦੇਖਿਆ ਤਾਂ ਅੱਗ ਲੱਗੀ ਹੋਈ ਸੀ। ਉਹਨਾਂ ਨੇ ਰੇਤਾਂ ਦੇ ਤੋਲੇ ਲੈ ਕੇ ਗਏ, ਦਵਾ ਦਵਾ ਮਿਸਤਰੀ ਵੀ ਜਿਹੜੇ ਗਏ ਸਾਰੇ ਦਵਾ ਲੈ ਕੇ ਗਏ। ਜਦੋਂ ਰੇਤਾਂ ਪਾਉਣ ਲੱਗੇ ਤਾਂ ਉਹ ਉਹਨਾਂ ਵੱਲੋਂ ਅੱਗ ਉਛਲ ਕੇ ਆਈ, ਉਹ ਸਾਹ ਨਾਲੇ ਸਾਰੇ ਥੱਲੇ ਆ ਗਏ। ਇੰਨੀ ਦੇਰ ਵਿੱਚ ਫਾਇਰ ਬ੍ਰਿਗੇਡ ਵਾਲਿਆਂ ਨੇ ਫੋਨ ਕੀਤਾ, ਗਲੀ ਮੁਹੱਲੇ ਵਾਲਿਆਂ ਨੇ, ਸਾਰੀ ਗਲੀ ਬਾਹਰ ਆ ਗਈ। ਉਸ ਤੋਂ ਬਾਅਦ ਘੰਟਾ ਪੌਣਾ ਘੰਟਾ ਲੱਗ ਗਿਆ ਉਹਨਾਂ ਨੂੰ ਘਰ ਆਉਂਦਿਆਂ ਆਉਂਦਿਆਂ। ਉਹਨ ਦਿਨ ਭਾਈ ਸਾਰਾ ਕੁਛ ਤਬਾਹ ਹੋ ਗਿਆ ਹੋਇਆ ਸੀ, ਸਾਰਾ ਕੁਛ। ਇਹ ਜੀ ਰਾਮਬਾਗ ਲੱਗੀ ਜੋ ਅੱਗ ਵਾਲਮੀਕ ਮੰਦਿਰ ਦੇ ਸਾਹਮਣੇ, ਨੁਕਸਾਨ ਤਾਂ ਜੀ ਇਹਨਾਂ ਨੂੰ ਹੁਣ ਪਤਾ ਨਾ, ਉਹਨਾਂ ਦੇ ਕਹਿਣ ਮੁਤਾਬਕ ਹੀ ਹੋਣਾ ਵਾ। ਨੁਕਸਾਨ ਤਾਂ ਸਾਰਾ ਸੜ ਗਿਆ ਜੀ, ਗੱਡੀਆਂ 3 ਗੱਡੀਆਂ ਆਇਆ ਜੀ, ਟਾਉਣ ਹਾਲ, ਸੇਵਾ ਸੰਤੀ ਤੇ ਗੁਲਵਾਲੀ ਗੇਟ। ਆਪ ਸਭ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਫਾਸਟਵੇ ਕੇਬਲ ਆਪਰੇਟਰਸ ਦੇ ਕੁਝ ਕਰਮਚਾਰੀ ਜੋ ਕਿ ਫਾਸਟਵੇ ਕੇਬਲ ਆਪਰੇਟਰ ਤੋਂ ਨੌਕਰੀ ਛੱਡ ਕੇ ਦੂਸਰੀ ਕੇਬਲ ਨਾਲ ਮਿਲ ਕੇ ਅਤੇ ਗ੍ਰਾਹਕਾਂ ਨੂੰ ਗੁੰਮਰਾਹ ਕਰਕੇ ਅਤੇ ਝੂਠ ਬੋਲ ਕੇ ਫਾਸਟਵੇ ਦੇ ਬਾਕਸ ਚੁੱਕ ਕੇ ਦੂਸਰੀ ਕੰਪਨੀ ਦੇ ਬਾਕਸ ਲਗਾ ਰਹੇ ਹਨ। ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ, ਜੇਕਰ ਫਾਸਟਵੇ ਕੇਬਲ ਆਪਰੇਟਰ ਦਾ ਕੋਈ ਕਰਮਚਾਰੀ ਆਪ ਨੂੰ ਗੁੰਮਰਾਹ ਜਾਂ ਝੂਠ ਬੋਲ ਕੇ ਫਾਸਟਵੇ ਦਾ ਬਾਕਸ ਬਦਲਦਾ ਹੈ ਤਾਂ ਤੁਰੰਤ ਕੇਬਲ ਆਪਰੇਟਰ ਦੇ ਮਾਲਕ ਨੂੰ ਇਤਲਾਹ ਦੇਵੋ।
ਬੀਜੇਪੀ ਦਫ਼ਤਰ ਖੰਨਾ ਸਮਾਰਕ ਵਿਖੇ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਅੰਮ੍ਰਿਤਸਰ ਤੋਂ ਲੋਕ ਸਭਾ ਚੋਣਾਂ ਦੇ ਉਮੀਦਵਾਰ ਤਰਨਜੀਤ ਸੰਧੂ ਪਹੁੰਚੇ ਅਤੇ ਉਹਨਾਂ ਵਰਕਰਾਂ ਨੂੰ ਸੰਬੋਧਨ ਕੀਤਾ। ਅੰਮ੍ਰਿਤਸਰ ਦੀ ਡਿਵੈਲਪਮੈਂਟ 'ਤੇ ਫੋਕਸ ਹੈ ਅਤੇ ਤੁਸੀਂ ਅੰਮ੍ਰਿਤਸਰ ਦੀਆਂ ਪ੍ਰੋਬਲਮ ਦੇਖ ਰਹੇ ਹੋ। ਕਰਪਸ਼ਨ ਇੱਕ ਬਹੁਤ ਵੱਡੀ ਇੱਥੇ ਦੀ ਪ੍ਰੋਬਲਮ ਹੈ ਅਤੇ ਉਹ ਨੈਸ਼ਨਲ ਲੈਵਲ 'ਤੇ ਵੀ ਹਾਈਲਾਈਟ ਹੋਈ ਆ ਕਿ ਜਿਹੜੀ ਪਾਰਟੀ ਇੱਥੇ ਲੀਡ ਕਰ ਰਹੀ ਆ ਉਹਦੇ ਨੇਤਾ ਆਪ ਹੀ ਕਰਪਸ਼ਨ 'ਚ ਫਸੇ ਹੋਏ ਨੇ ਔਰ ਸਾਰਿਆਂ ਨੇ ਦੇਖਿਆ ਹਾਈ ਕੋਰਟ ਦਾ ਡਿਸੀਜਨ ਆਇਆ। ਅਸੀਂ ਫਿਰ ਉਹੀ ਐਮਫਸਾਈਜ਼ ਕਰਦੇ ਹਾਂ ਕਿ ਅੰਮ੍ਰਿਤਸਰ ਇਸ ਵੇਲੇ ਡਿਵੈਲਪਮੈਂਟ ਚਾਹੁੰਦਾ ਆ। ਮੈਂ ਸਹੀ ਸ਼ਬਦ ਯੂਜ਼ ਕਰ ਰਿਹਾ, ਕੋਈ ਨੈਗੇਟਿਵ ਨਹੀਂ ਯੂਜ਼ ਕਰ ਰਿਹਾ ਔਰ ਡਿਵੈਲਪਮੈਂਟ ਦੇਣਾ ਕਿਉਂ ਨਹੀਂ ਹੋਈ। ਪਿਛਲੇ 2 ਸਾਲ ਦੀ ਆਪਦੀ ਸਰਕਾਰ ਹੈ, MP ਸਾਹਿਬ ਇੱਥੇ 7 ਸਾਲ ਦੇ ਬੈਠੇ ਹੋਏ ਨੇ। ਮਾਮਲਾ ਅੰਮ੍ਰਿਤਸਰ ਦੇ ਸਹਿਜਰਾ ਮਾਰਕੀਟ ਤੋਂ ਸਾਹਮਣੇ ਆਇਆ ਜਿਸ ਵਿੱਚ ਸਵਰਨਕਾਰ ਐਸੋਸੀਏਸ਼ਨ ਦੇ ਆਗੂ ਵੱਲੋਂ 2 ਪਾਰਟੀਆਂ ਦੇ ਲੈਣ ਦੇਣ ਦੇ ਮਸਲੇ ਨੂੰ ਸੁਲਝਾਉਣ ਅਤੇ ਰਾਜ਼ੀਨਾਮਾ ਕਰਵਾਉਣ ਦੇ ਚੱਕਰ ਵਿੱਚ ਉਸਦੀ ਦੁਕਾਨ ਉੱਪਰ ਹੀ ਹਮਲਾ ਕਰ ਤੋੜਫੋੜ ਕੀਤੀ ਗਈ ਅਤੇ ਪਿਸਤੌਲ ਕੱਢ ਧਮਕਾਉਣ ਦੀ ਕੋਸ਼ਿਸ਼ ਵੀ ਕੀਤੀ ਗਈ। ਜਿਸ ਸੰਬੰਧੀ ਗੱਲਬਾਤ ਕਰਦਿਆਂ ਹਰਜਿੰਦਰ ਚੌਹਾਨ ਆਗੂ ਸਵਰਨਕਾਰ ਸੰਘ DC ਸੈੱਲ ਨੇ ਪੁਲਿਸ ਪ੍ਰਸ਼ਾਸਨ ਨੂੰ ਸ਼ਿਕਾਇਤ ਦਰਜ ਕਰਵਾ ਇਨਸਾਫ਼ ਦੀ ਮੰਗ ਕਰਦਿਆਂ ਦੋਸ਼ੀਆਂ 'ਤੇ ਬਣਦੀ ਕਾਰਵਾਈ ਦੀ ਮੰਗ ਕੀਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ B ਡਿਵੀਜ਼ਨ ਦੇ SHO ਸੁਖਬੀਰ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਸ਼ਿਕਾਇਤ ਦਰਜ ਕਰ ਲਈ ਗਈ ਹੈ ਅਤੇ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਮੈਂ ਸਹਿਜਰਾ ਮਾਰਕੀਟ 'ਚ ਹਾਂ ਜੀ। ਮੈਂ ਤੁਹਾਨੂੰ ਪਹਿਲਾਂ ਕਹਿ ਚੁੱਕਾ ਕਿ ਮੈਂ ਜਨਰਲ ਸੈਕਟਰੀ ਆਲ ਇੰਡੀਆ BC ਡਿਪਾਰਟਮੈਂਟ ਦਾ ਔਰ PP ਡੈਲੀਗੇਟ ਆ ਪੰਜਾਬ ਕਾਂਗਰਸ ਦਾ। ਮੇਰੇ ਕੁਛ ਮਸਲੇ ਆਏ ਸੀ ਫੈਸਲੇ ਬਾਰੇ, ਮੈਂ ਦੋਵਾਂ ਪਾਰਟੀ ਬਿਠਾ ਕੇ ਫੈਸਲਾ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਇੱਕ ਪਾਰਟੀ ਨੇ ਗੁੰਡੇ ਭੇਜ ਕੇ ਮੇਰੇ 'ਤੇ ਸਹਿਜਰਾ ਮਾਰਕੀਟ 'ਚ ਹਮਲਾ ਕਰਾਇਆ। ਮੈਨੂੰ ਜਾਨ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਔਰ ਜੇ ਮੈਂ ਨਾ ਬਚਾਅ ਕਰਦਾ ਬੰਦੇ ਮੈਨੂੰ ਨਾ ਬਚਾਉਂਦੇ ਤਾਂ ਮੈਨੂੰ ਅੱਜ ਉਹ ਮਾਰ ਗਏ ਸੀਗੇ। ਮੈਨੂੰ ਕਿੰਨੇ ਬੰਦੇ ਆਏ ਤੁਹਾਡੀ ਦੁਕਾਨ ਤੇ? 8 ਬੰਦੇ ਆਏ ਜੀ, 8 ਬੰਦੇ ਕਿਰਪਾਨਾ ਨਾਲ ਸੀ ਔਰ ਡੱਬ ਨਾਲ ਪਿਸਤੌਲ ਵੀ ਲਾਏ ਸੀ ਉਹਨਾਂ ਨੇ। ਉਹ ਪਿਸਤੌਲ ਕੱਢੇ ਗਏ, ਅੱਜ ਖਾਏ ਗਏ ਆ ਔਰ ਗੋਲੀ ਮਾਰਨੀ ਆ, ਜੇ ਮੈਂ ਨਾ ਲੁਕਦਾ ਉਹਨਾਂ ਗੋਲੀ ਮਾਰ ਦੇਣੀ। ਇਹਦੀ ਜਸਟ ਹੁਣੇ ਇੱਕ ਇਨਫੋਰਮੇਸ਼ਨ ਰਿਸੀਵ ਹੋਈ ਹੈ ਵੀ ਇੱਥੇ ਟਾਹਲੀ ਵਾਲੇ ਬਾਜ਼ਾਰ 'ਚ 2 ਪਾਰਟੀਆਂ ਨੇ, ਸਾਬਕਾ ਕੌਂਸਲਰ ਨੇ, ਇੱਕ ਪਾਸੇ ਸੁਰਜੀਤ ਸਿੰਘ ਸਹਿਜਰਾ, ਇੱਕ ਪਾਸੇ ਵਿੱਕੀ ਕੰਡਾ। ਇਹਨਾਂ ਦੋਵਾਂ ਦਾ ਕੋਈ ਸਿਆਣਾ ਪ੍ਰਾਪਤੀ ਨਾਲ ਸੰਬੰਧ ਰੱਖਦੇ ਆ? ਇਹਨਾਂ ਦੋਵਾਂ ਦਾ ਕੋਈ ਪੈਸੇ ਦੇ ਲੈਣ ਦੇਣ ਦੇ ਸੰਬੰਧ 'ਚ ਕੋਈ ਵਿੱਚ ਬੈਠੀਆਂ ਸੀ ਦੋਵੇਂ ਪਾਰਟੀਆਂ? ਉੱਥੇ ਨੇ ਤਕਰਾਰਬਾਜ਼ੀ ਵੱਧ ਗਈ ਹੈ ਅਤੇ ਝਗੜਾ ਹੋਇਆ, ਮੈਨ ਹੈਂਡਲਿੰਗ ਹੋਈ ਹੈ। ਇਹ ਦੇਖਦੇ ਹੁਣ ਜਾ ਰਹੇ ਹਾਂ ਸਾਰੇ ਉੱਥੇ ਮੌਕੇ ਦੇਖ ਕੇ ਜੋ ਵੀ ਕਾਰਵਾਈ ਹੋਣ ਦੀ ਕੀਤੀ ਜਾਊ। ਅੰਮ੍ਰਿਤਸਰ ਭਾਰਤੀ ਜਨਤਾ ਪਾਰਟੀ ਵੱਲੋਂ ਹਾਥੀਗੇਟ ਚੌਂਕ ਵਿਖੇ ਆਮ ਆਦਮੀ ਪਾਰਟੀ ਦੇ ਖਿਲਾਫ਼ ਪੁਤਲਾ ਫੂਕਿਆ ਗਿਆ। ਇਸ ਮੌਕੇ ਭਾਰਤੀ ਜਨਤਾ ਪਾਰਟੀ 'ਤੇ ਲਗਾਏ ਗਏ ਇਲਜ਼ਾਮਾਂ ਬਾਰੇ ਸਪਸ਼ਟੀਕਰਨ ਦਿੱਤਾ ਗਿਆ। ਇਸ ਮੌਕੇ ਭਾਜਪਾ ਆਗੂ ਤਰਨਜੀਤ ਸਿੰਘ ਸੰਧੂ, ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ, ਸੰਜੀਵ ਕੁਮਾਰ, ਸਾਬਕਾ ਕੌਂਸਲਰ ਮੀਨੂ ਸਹਿਗਲ, ਪਰਮਜੀਤ ਸਿੰਘ ਬਤਰਾ ਸਮੇਤ ਵੱਡੀ ਗਿਣਤੀ ਵਿੱਚ ਭਾਜਪਾ ਆਗੂ ਹਾਜ਼ਰ ਸਨ। ਜੋ ਆਪ ਵੀ ਕਰਪਸ਼ਨ 'ਚ ਲਿਪਤ ਹੈ, ਸ਼ਰਾਬ ਘੁਟਾਲੇ 'ਚ ਲਿਪਤ ਹੈ, ਉਹਦੇ ਮੰਤਰੀ ਲਿਪਤ ਹੈ, ਸਭ ਅੰਦਰ ਨੇ, ਹੁਣ ਆਪ ਵੀ ਅੰਦਰ ਹੈ ਔਰ ਅਸੀਂ ਇਹਨਾਂ ਨੇ ਇਲਜ਼ਾਮ ਲਾਏ ਸੀ ED 'ਤੇ। ਅੱਜ ਮਾਨਯੋਗ ਹਾਈ ਕੋਰਟ ਦਿੱਲੀ ਦੇ ਉਹਨਾਂ ਨੇ ਵੀ ਇੱਕ ਆਪਣਾ ਕਿਹਾ ਹੈ ਕਿ ਇਹ ਜੋ ਇਹਦੀ ਗ੍ਰਿਫਤਾਰੀ ਲੀਗਲ ਹੈ। ਸੋ ਇਹ ਸਭ ਕੁਛ ਦੇਖਦਿਆਂ ਹੋਇਆ ਅੱਜ ਇਹਨਾਂ ਨੂੰ ਆਪਣੇ ਪਦ ਤੋਂ ਰਿਜ਼ਾਈਨ ਕਰਨਾ ਚਾਹੀਦਾ, ਭਗਵੰਤ ਮਾਨ ਨੂੰ ਵੀ ਆਪਣੇ ਪਦ ਤੋਂ ਰਿਜ਼ਾਈਨ ਦੇਣਾ ਚਾਹੀਦਾ, ਇਹ ਸਰਕਾਰ ਡਿੱਗਣੀ ਚਾਹੀਦੀ ਹੈ। ਪੰਜਾਬ ਦੀਆਂ ਭੈਣਾਂ ਸਾਡੀਆਂ ਆਪਣੇ ਆਪ ਨੂੰ ਠੱਗਾ ਮਹਿਸੂਸ ਕਰ ਰਹੀਆਂ ਨੇ, ਜਿਨ੍ਹਾਂ ਨੂੰ ਉਹਨਾਂ ਨੇ 1000 ਰੁਪਏ ਦਾ ਵਾਅਦਾ ਕੀਤਾ ਸੀ, ਅੱਜ ਉਹ ਵਿਚਾਰੀਆਂ ਡੀਜੀਆਂ ਕਿ ਕਦੋਂ ਸਾਡਾ 1000 ਰੁਪਇਆ ਆਏਗਾ। ਇਹਨਾਂ ਨੇ ਕਿਹਾ ਸੀ ਅਸੀਂ ਰੇਤ ਬਜਰੀ ਸਸਤੀ ਕਰਾਂਗੇ, ਕੋਈ ਰੇਤ ਬਜਰੀ ਸਸਤੀ ਤਾਂ ਨਹੀਂ ਕੀਤੀ। ਜੇ ਕੋਈ ਸਸਤਾ ਕੀਤਾ ਤਾਂ ਇਹਨਾਂ ਨੇ ਸ਼ਰਾਬ ਸਸਤੀ ਕੀਤੀ ਹੈ, ਕਿਉਂਕਿ ਸ਼ਰਾਬ ਜਿਹੜਾ ਹਾਈ ਕੋਰਟ ਨੇ ਵੀ, ਜਿਹੜੀ ਮਾਨਯੋਗ ਦਿੱਲੀ ਹਾਈ ਕੋਰਟ ਨੇ ਵੀ ਸਾਬਤ ਕਰਤਾ ਵਾ ਕਿ ਉਹਨਾਂ ਨੇ ਕਿਹਾ ਵਾ ਆਪਣੀ ਟਿੱਪਣੀ ਦੇ ਵਿੱਚ
ਕਿ ਜਿਹੜੀ ਈਡੀ ਆ ਉਹਨਾਂ ਕੋਲ ਪ੍ਰਾਪਤ ਸਬੂਤ ਨੇ। ਪੀਓ ਸਟਾਫ ਅੰਮ੍ਰਿਤਸਰ ਸਿਟੀ ਵੱਲੋਂ ਦੋ ਭਗੌੜੇ ਪੀਓ ਗ੍ਰਿਫਤਾਰ ਕੀਤੇ ਗਏ। ਭਾਰਤੀ ਜਨਤਾ ਪਾਰਟੀ ਦੇ ਸਪੋਰਟ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਵਿਸ਼ਾਲ ਕੁਮਾਰ ਦੀ ਅਗਵਾਈ ਹੇ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ। ਇਸ ਮੌਕੇ ਜ਼ਿਲ੍ਹਾ ਮਹਾਂਮੰਤਰੀ ਮਨੀਸ਼ ਸ਼ਰਮਾ, ਮਹਾਂਮੰਤਰੀ ਸਲਿਲ ਕਪੂਰ, ਜਨਰਲ ਸੈਕਟਰੀ ਸਪੋਰਟ ਸੈੱਲ ਐਡਵੋਕੇਟ ਸੁਧੀਰ ਕੁਮਾਰ ਸਲਵਾਨ, ਮੀਤ ਪ੍ਰਧਾਨ ਸੰਜੀਵ ਖੋਸਲਾ, ਪ੍ਰਵਕਤਾ ਸ਼ਕਤੀ ਕਲਿਆਣ ਨਵੇਂ ਅਹੁਦੇਦਾਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਲਵਿੰਦਰ ਬੱਬਾ, ਸਾਹਿਲ, ਸੰਦੀਪ, ਬਲਜਿੰਦਰ ਸਿੰਘ ਕਾਲਾ ਵੀ ਹਾਜ਼ਰ ਸਨ। ਸਮਰਥਨ ਆਪ ਹੀ ਇੱਥੇ ਦੇਖੋ ਜੋਸ਼ ਕਿੰਨਾ ਆ, ਇਹ ਜੋਸ਼ ਪ੍ਰਧਾਨ ਮੰਤਰੀ ਮੋਦੀ ਦੀ ਡਿਵੈਲਪਮੈਂਟ ਪਾਲਿਸੀ ਚ ਅੰਮ੍ਰਿਤਸਰ ਭੁੱਖਾ ਆ ਡਿਵੈਲਪਮੈਂਟ, ਤੁਸੀਂ ਆਪ ਹੀ ਜਾ ਕੇ ਦੇਖ ਲਓ ਕਿ ਜੋ ਵੀ ਇੱਥੇ ਪੈਸੇ ਆਏ ਖਾਈ ਜਾਂਦੇ, ਕਰਪਸ਼ਨ ਉੱਤੋਂ ਥੱਲੇ ਜਾਂਦੀ, ਹੋਰ ਕਿੱਥੇ ਜਾਂਦਾ, ਮਤਲਬ ਆਪਣੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਦੇਖ ਲਓ, ਟੈਲੀਫੋਨ ਲੋਕਾਂ ਨੂੰ ਆਉਂਦੇ ਨੇ, ਆਪਣੇ ਡਰੱਗ ਦੀ ਪ੍ਰੋਬਲਮ ਦੇਖ ਲਓ, ਇੱਥੇ ਸ਼ਹਿਰ 'ਚ ਜਾ ਕੇ ਗੰਦਗੀ ਦੀ ਪ੍ਰੋਬਲਮ ਦੇਖੋ। ਹੁਣ ਟਾਈਮ ਆ ਗਿਆ ਕਿ ਆਪਾਂ ਅੰਮ੍ਰਿਤਸਰ 'ਚ ਸਾਰੇ ਮਿਲ ਕੇ ਡਿਵੈਲਪਮੈਂਟ ਕਰੀਏ। ਸ਼ਹਿਰ ਵਾਸੀਆਂ ਵਾਸਤੇ ਟ੍ਰੈਫਿਕ ਮਹਿਕਮਾ ਨਵੇਂ ਉਪਰਾਲੇ ਕਰ ਰਿਹਾ ਹੈ, ਜਿਸ ਵਿੱਚ ਮੁੱਖ ਟ੍ਰੈਫਿਕ ਲਾਈਟਾਂ ਹਨ, ਕਈ ਥਾਵਾਂ 'ਤੇ ਨਵੀਆਂ ਲਗਾਈਆਂ ਜਾ ਰਹੀਆਂ ਹਨ ਅਤੇ ਕਈ ਥਾਵਾਂ 'ਤੇ ਪੁਰਾਣੀਆਂ ਨੂੰ ਠੀਕ ਕੀਤਾ ਜਾ ਰਿਹਾ ਹੈ। ਲਾਰੈਂਸ ਰੋਡ ਦਾ ਨੋਵੈਲਟੀ ਚੌਂਕ ਇੱਕ ਪ੍ਰਸਿੱਧ ਇਲਾਕਾ ਹੈ ਅਤੇ ਕਾਫੀ ਟ੍ਰੈਫਿਕ ਵੇਖਣ ਨੂੰ ਮਿਲਦਾ ਹੈ। ਨਵੀਆਂ ਲਾਈਟਾਂ ਲਗਾ ਦਿੱਤੀਆਂ ਗਈਆਂ ਹਨ ਅਤੇ ਪੁਰਾਣੀਆਂ ਬੰਦ ਹਨ। ਵੇਖਣ ਵਿੱਚ ਆਇਆ ਕਿ ਚੌਂਕ ਵਿੱਚ ਟ੍ਰੈਫਿਕ ਬੰਦ ਲਾਈਟਾਂ ਨੂੰ ਵੇਖ ਕੇ ਕਨਫਿਊਜ਼ ਹੋ ਰਿਹਾ ਸੀ, ਕਿਉਂਕਿ ਨਵੀਆਂ ਲਾਈਟਾਂ ਇੱਕ ਪਾਸੇ ਲਗਾਈਆਂ ਗਈਆਂ ਹਨ ਜੋ ਲੋਕਾਂ ਨੂੰ ਦਿਖਾਈ ਨਹੀਂ ਦੇ ਰਹੀਆਂ। ਸੰਬੰਧਿਤ ਵਿਭਾਗ ਪੁਰਾਣੀਆਂ ਲਾਈਟਾਂ ਹਟਾ ਦੇਵੇ ਤਾਂ ਜੋ ਨਵੀਆਂ ਲਾਈਟਾਂ ਵੱਲ ਧਿਆਨ ਪੈ ਸਕੇ। ਟ੍ਰੈਫਿਕ ਡਿਪਾਰਟਮੈਂਟ ਵੱਲੋਂ ਕਾਫੀ ਨਵਾਂ ਉਪਰਾਲਾ ਕੀਤਾ ਗਿਆ ਹੈ, ਉਹ ਹੈ ਨਵੀਆਂ ਟ੍ਰੈਫਿਕ ਲਾਈਟਸ ਦਾ। ਵੇਖਣ ਵਿੱਚ ਆ ਰਿਹਾ ਕਿ ਕਈ ਚੌਂਕਾਂ ਦੇ ਵਿੱਚ ਨਵੀਆਂ ਲਾਈਟਾਂ ਲੱਗਦੀਆਂ ਪਈਆਂ ਹਨ, ਪੁਰਾਣੀਆਂ ਵੀ ਹਨ ਲੇਕਿਨ ਪੁਰਾਣੀਆਂ ਬੰਦ ਹੋ ਗਈਆਂ ਹਨ। ਕਨਫਿਊਜ਼ਨ ਲੋਕਾਂ ਨੂੰ ਇਹ ਹੈਗੀ ਹੈ ਕਿ ਲਾਈਟ ਠੀਕ ਹੈ ਜਾਂ ਗਲਤ ਹੈ ਜਾਂ ਖਰਾਬ ਹੈ, ਉਹਨਾਂ ਨੂੰ ਨਹੀਂ ਪਤਾ ਲੱਗਦਾ ਪਿਆ, ਔਰ ਕਈ ਵਾਰ ਟ੍ਰੈਫਿਕ ਮੂਵ ਕਰ ਜਾਂਦਾ। ਮੇਰੇ ਮਗਰ ਤੁਸੀਂ ਵੇਖਿਆ ਲਾਹੌਰ ਸਟੋਰ ਚੌਂਕ ਦੇ ਉੱਤੇ ਅਸੀਂ ਹੈਗੇ ਹਾਂ, ਇੱਕ ਤਾਂ ਲਾਈਟ ਦਾ ਪੋਰਸ਼ਨ ਜਿਹੜਾ ਉਹ ਬੰਦ ਹੈ ਔਰ ਦੂਸਰੀ ਜਿਹੜੀ ਲਾਈਟ ਹੈਗੀ ਹੈ ਉਹ ਠੀਕ ਹੁੰਦੀ ਪਈ ਹੈ। ਵਧੀਆ ਉਪਰਾਲਾ ਕੀਤਾ ਲੋਕਾਂ ਵਾਸਤੇ ਇਹਨਾਂ ਨੇ, ਲੇਕਿਨ ਲੋਕ ਵੀ ਫੋਲੋ ਕਰਨ ਕਿ ਜੇ ਅਗਰ ਡਿਪਾਰਟਮੈਂਟ ਚੇਂਜ ਹੋ ਰਿਹਾ ਹੈ ਤਾਂ ਉਹ ਆਪ ਵੀ ਚੇਂਜ ਹੋਣ। ਕੈਮਰਾ ਪਰਸਨ ਵਿਜਨ ਨਾਲ ਜੇਪੀ ਸਿੰਘ, ਫਾਸਟ ਨਿਊਜ਼, ਅੰਮ੍ਰਿਤਸਰ। ਫਾਸਟ ਵੇ ਦਾ ਫਿਲਮੀ ਚੈਨਲ ਨੰਬਰ 240 'ਤੇ, ਫਾਸਟ ਵੇ ਮੂਵੀ ਚੈਨਲ ਨੰਬਰ 241 'ਤੇ, ਫਾਸਟ ਵੇ ਮੈਟਰੋ ਚੈਨਲ ਨੰਬਰ 242 'ਤੇ, ਫਾਸਟ ਵੇ ਮਿਊਜ਼ਿਕ ਚੈਨਲ ਨੰਬਰ 243 'ਤੇ, ਗੁਰਦੁਆਰਾ ਸ਼ਹੀਦਾਂ ਸਾਹਿਬ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 556, ਸ਼੍ਰੀ ਦੁਰਗਿਆਨਾ ਤੀਰਥ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 563 'ਤੇ ਕੀਤਾ ਜਾ ਰਿਹਾ ਹੈ। ਮੰਦਿਰ ਲਾਲ ਭਵਨ ਮਾਡਲ ਟਾਊਨ ਤੋਂ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 'ਤੇ ਕੀਤਾ ਜਾਂਦਾ ਹੈ। ਫਾਸਟ ਵੇ ਦੇ ਲੋਕਲ ਚੈਨਲਸ 'ਤੇ ਐਡਵਰਟਾਈਜ਼ਮੈਂਟ ਦੇਣ ਲਈ ਫੋਨ ਨੰਬਰ 7009300883 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਹੁਣ ਸਮਾਂ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਤੁਸੀਂ ਦੇਖੋਗੇ। ਅੰਮ੍ਰਿਤਸਰ ਦੀ ਯਾਤਾਯਾਤ ਪ੍ਰਣਾਲੀ ਨੂੰ ਖਰਾਬ ਕਰਨ 'ਚ ਈ ਆਟੋ ਚਾਲਕਾਂ ਦਾ ਅਹਿਮ ਯੋਗਦਾਨ। ਇਹ ਤੇ ਕੁਝ ਹੋਰ ਖਬਰਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਤੁਝ ਦੇਖਾ ਹੁਆ ਪਾਗਲ ਪਾਗਲ ਬਾਰ ਬਾਰ।
party just a bottle. Hey, pass a Johnny John, button it in Yamaha. Let me hit the throttle. Let me make you move. ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ। ਅੰਮ੍ਰਿਤਸਰ ਸ਼ਹਿਰ ਦੀਆਂ ਸੜਕਾਂ ਉੱਪਰ ਲਗਾਤਾਰ ਟ੍ਰੈਫਿਕ ਵੱਧ ਰਿਹਾ ਅਤੇ ਟ੍ਰੈਫਿਕ ਪੁਲਿਸ ਦੇ ਮੁਲਾਜ਼ਮਾਂ ਨੂੰ ਵੱਧ ਰਹੇ ਟ੍ਰੈਫਿਕ ਨੂੰ ਸੰਭਾਲਣ ਵਿੱਚ ਦਿੱਕਤ ਆ ਰਹੀ ਹੈ। ਵੇਖਣ ਵਿੱਚ ਆਇਆ ਕਿ ਸੜਕਾਂ ਉੱਪਰ ਈ ਰਿਕਸ਼ਾ ਬਿਨਾਂ ਸਵਾਰੀ ਤੋਂ ਚੱਲ ਰਹੇ ਸਨ, ਨਾਲ ਹੀ ਕਈ ਕਾਰਾਂ ਵੀ ਸਿਰਫ ਚਾਲਕ ਨਾਲ ਸੜਕਾਂ ਤੇ ਸਨ, ਜੋ ਕਿ ਚੱਲਦੇ ਟ੍ਰੈਫਿਕ ਵਿੱਚ ਦਿੱਕਤ ਦਾ ਕਾਰਨ ਬਣ ਰਹੇ ਹਨ। ਚਾਲਕਾਂ ਨੂੰ ਚਾਹੀਦਾ ਹੈ ਕਿ ਆਪਣੇ ਵਾਹਨ ਸੜਕ ਦੇ ਇੱਕ ਪਾਸੇ ਖੜ੍ਹੇ ਕਰਨ ਅਤੇ ਸਵਾਰੀ ਦਾ ਇੰਤਜ਼ਾਰ ਕਰਨ, ਤਾਂ ਜੋ ਚੱਲਦੇ ਟ੍ਰੈਫਿਕ ਵਿੱਚ ਪਰੇਸ਼ਾਨੀ ਦਾ ਕਾਰਨ ਨਾ ਬਣਨ। ਇਸ ਸੰਬੰਧੀ ਟ੍ਰੈਫਿਕ ਇੰਚਾਰਜ ਇੰਸਪੈਕਟਰ ਗੁਲਸ਼ਨ ਨੇ ਸ਼ਹਿਰ ਵਾਸੀਆਂ ਅਤੇ ਈ ਰਿਕਸ਼ਾ ਚਾਲਕਾਂ ਨੂੰ ਅਪੀਲ ਕੀਤੀ। ਸਭ ਤੋਂ ਪਹਿਲਾਂ ਤੁਹਾਡੇ ਚੈਨਲ ਦਾ ਧੰਨਵਾਦ ਜੀ। ਜਿਹੜੇ ਬੈਟਰੀਆਂ ਰਿਕਸ਼ਿਆਂ ਵੱਲੋਂ ਤੁਸੀਂ ਸਵਾਲ ਕੀਤਾ ਜੀ, ਮੇਰੀ ਇਹਨਾਂ ਨੂੰ ਬੇਨਤੀ ਹੈ ਵੀ ਠੀਕ ਆ, ਤੁਸੀਂ ਆਪਣੇ ਬੱਚੇ ਪਾਲੋ, ਆਪਣਾ ਪਰਿਵਾਰ ਪਾਲੋ, ਵੀ ਤੁਸੀਂ ਹੁਣ ਵੀ ਮੇਰੇ ਪਿੱਛੇ ਦੇਖੋਗੇ ਕਿੰਨੀਆਂ ਬੈਟਰੀਆਂ ਰਿਕਸ਼ੇ ਖਾਲੀ ਤੁਰੇ ਫਿਰਦੇ ਨੇ, ਅਤੇ ਉਹ ਘੱਟੋ ਘੱਟ ਖਾਲੀ ਦੇ ਨਾ ਤੁਰੋ, ਉਹਦੇ ਨਾਲ ਇਹ ਆ ਵੀ ਉਹਨਾਂ ਦਾ ਆਪਣਾ ਵੀ ਨੁਕਸਾਨ ਹੋ ਰਿਹਾ ਅਤੇ ਰੋਡ 'ਤੇ ਟ੍ਰੈਫਿਕ ਵੱਧ ਰਹੀ ਹੈ। ਇੱਦਾਂ ਹੀ ਜਿਹੜਾ ਮੇਰੀ ਲੋਕਾਂ ਨੂੰ ਅਪੀਲ ਹੈ ਵੀ ਜੇ ਤੁਹਾਨੂੰ ਕੰਮ ਹੈ ਤਾਂ ਫਿਰ ਹੀ ਆਪਣੇ ਘਰੋਂ ਫੋਰ ਵੀਲਰ ਕੱਢੋ ਜਾਂ ਕਾਰ ਕੱਢੋ, ਅਦਰਵਾਈਜ਼ ਜਿੱਥੋਂ ਤੱਕ ਹੋ ਸਕਦਾ ਹੈ ਟੂ ਵੀਲਰ ਦੀ ਵਰਤੋਂ ਕਰੋ, ਐਕਟਿਵਾ ਦੀ, ਸਕੂਟਰ ਦੀ, ਮੋਟਰਸਾਈਕਲ ਦੀ, ਕਿਉਂਕਿ ਇਹ ਲੱਗ ਵੀ ਸੌਖੇ ਜਾਂਦੇ ਨੇ ਅਤੇ ਅੱਗੇ ਜਾ ਕੇ ਪਾਰਕ ਵੀ ਸੌਖੇ ਹੋ ਜਾਂਦੇ ਨੇ। ਜਿੱਥੋਂ ਤੱਕ ਲੋੜ ਹੈ ਉਨੀ ਹੀ ਟੂ ਵੀਲਰ ਦੀ ਵਰਤੋਂ ਕਰੋ, ਨਹੀਂ ਤਾਂ ਫੋਰ ਵੀਲਰ ਦੀ ਘੱਟ ਤੋਂ ਘੱਟ ਵਰਤੋਂ ਕਰੋ, ਤਾਂ ਜੋ ਮਤਲਬ ਸ਼ਹਿਰ ਦੀ ਟ੍ਰੈਫਿਕ ਜਿਹੜੀ ਉਹ ਕਾਫੀ ਹੱਦ ਤੱਕ ਜਿਹੜੀ ਆ ਉਹ ਕੰਟਰੋਲ 'ਚ ਹੋ ਜਾਏਗੀ। ਹੁਣ ਵੀ ਕੰਟਰੋਲ 'ਚ ਹੈ, ਪਰ ਜਦੋਂ ਅਸੀਂ ਤੁਸੀਂ ਮਗਰ ਦੇਖੋ ਵੀ ਇੱਕ ਬੰਦਾ ਕਾਰ ਇੱਕ ਚਲਾ ਰਿਹਾ ਮਗਰ ਸਾਰੀ ਖਾਲੀ ਹੈ ਕਾਰ, ਇੱਧਰ ਦੇਖੋ ਇਹ ਵੀ ਖਾਲੀ ਹੈ, ਵੀ ਜੇ ਲੋਡ ਹੈ ਤਾਂ ਫਿਰ ਹੀ ਕਾਰ ਕੱਢੋ, ਅਦਰਵਾਈਜ਼ ਜਿਹੜੇ ਆਪਣੇ ਬਹੁਤੇ ਕੰਮ ਨੇ ਉਹ ਟੂ ਵੀਲਰ 'ਤੇ ਕਰੋ। ਉਹ ਜ਼ਮਾਨਾ ਚਲਾ ਗਿਆ ਜਦੋਂ ਲੋਕ ਕਹਿੰਦੇ ਸੀ ਵੀ ਫਲਾਣੇ ਬੰਦੇ ਕੋਲ ਟਾਟਾ ਸੈਰਾ ਗੱਡੀ ਹੈ, ਫਲਾਣੇ ਕੋਲ ਕੋਈ ਵਧੀਆ ਗੱਡੀ ਹੈ, ਹੁਣ ਉਹ ਜ਼ਮਾਨਾ ਨਹੀਂ ਰਿਹਾ, ਹਰ ਬੰਦੇ ਕੋਲ ਆਪਣੀ ਆਪਣੀ ਕਾਰ ਹੈ, ਹੁਣ ਉਹ ਕਰੇਜ਼ ਵਾਲਾ ਕੰਮ ਖਤਮ ਹੋ ਗਿਆ। ਅਤੇ ਮੈਂ ਤੁਹਾਡੇ ਚੈਨਲ ਲਈ ਮੇਰੀ ਇਹੋ ਬੇਨਤੀ ਹੈ ਵੀ ਲੋਕਾਂ ਨੂੰ ਇਹੋ ਹੀ ਅਪੀਲ ਹੈ ਵੀ ਜੇ ਲੋਡ ਹੈ ਤਾਂ ਫਿਰ ਹੀ ਆਪਣੇ ਫੋਰ ਵੀਲਰ ਕੱਢੋ, ਸ਼ਹਿਰ 'ਚ ਜਾਣਾ ਤਾਂ ਟੂ ਵੀਲਰ ਦੀ ਵੱਧ ਤੋਂ ਵੱਧ ਵਰਤੋਂ ਕਰੋ। ਧੰਨਵਾਦ, ਜੈ ਹਿੰਦ। ਅੰਮ੍ਰਿਤਸਰ ਦੇ ਵਿੱਚ ਟ੍ਰੈਫਿਕ ਦੀ ਸਮੱਸਿਆ ਦਿਨ ਪ੍ਰਤੀ ਦਿਨ ਵੱਧਦੀ ਜਾ ਰਹੀ ਹੈ, ਜਿਸ ਦਾ ਜ਼ਿੰਮੇਦਾਰ ਪਹਿਲਾਂ ਜਿੱਥੇ ਡੀਜ਼ਲ ਆਟੋਆਂ ਨੂੰ ਮੰਨਿਆ ਜਾਂਦਾ ਸੀ ਅਤੇ ਹੁਣ ਈ ਰਿਕਸ਼ਾ ਵੀ ਸਿਰਦਰਦ ਬਣੇ ਹੋਏ ਨੇ, ਕਿਉਂਕਿ ਵੇਖਣ ਵਿੱਚ ਆਇਆ ਕਿ ਈ ਰਿਕਸ਼ਾ ਚਾਲਕ ਬਿਨਾਂ ਸਵਾਰੀ ਤੋਂ ਹੀ ਸੜਕਾਂ 'ਤੇ ਘੁੰਮਦੇ ਦਿਖਾਈ ਦਿੰਦੇ ਨੇ, ਜਿਸ ਨਾਲ ਜਾਮ ਵਰਗੀ ਸਥਿਤੀ ਪੈਦਾ ਹੋ ਜਾਂਦੀ ਹੈ। ਉੱਧਰ ਸ਼ਹਿਰ ਵਾਸੀਆਂ ਦੀ ਗੱਲ ਕਰੀਏ ਤਾਂ ਸ਼ਹਿਰ ਅੰਦਰ ਜਾਣ ਵਾਸਤੇ ਵੀ ਉਹ ਕਾਰਾਂ ਦਾ ਇਸਤੇਮਾਲ ਕਰਦੇ ਨੇ, ਜਿਸ ਤੋਂ ਬਾਅਦ ਉਹਨਾਂ ਨੂੰ ਪਾਰਕਿੰਗ ਵਰਗੀ ਸਮੱਸਿਆ ਨਾਲ ਜੂਝਣਾ ਪੈਂਦਾ ਹੈ। ਸੋ ਸ਼ਹਿਰ ਵਾਸੀਆਂ ਨੂੰ ਚਾਹੀਦਾ ਹੈ ਕਿ ਸ਼ਹਿਰ ਦੇ ਟ੍ਰੈਫਿਕ ਦੇ ਹਾਲਾਤ ਨੂੰ ਵੇਖਦੇ ਹੋਏ ਇਸ ਵੱਲ ਜ਼ਰੂਰ ਧਿਆਨ ਦੇਣ। ਅੰਮ੍ਰਿਤਸਰ ਤੋਂ ਵਿਜੇ ਕੁਮਾਰ, ਫਾਸਟਵੇ ਨਿਊਜ਼। ਖਾਲਸਾ ਕਾਲਜ ਦੇ ਪੱਤਰਕਾਰੀ ਵਿਭਾਗ ਦੇ ਯਤਨਾਂ ਸਦਕਾ ਸੈਂਟਰ ਆਫ ਮੀਡੀਆ ਸਟੱਡੀਜ਼ ਨਵੀਂ ਦਿੱਲੀ ਅਤੇ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ ਦੇ ਸਹਿਯੋਗ ਨਾਲ 3 ਰੋਜ਼ਾ ਮੋਜੋ ਮੋਬਾਈਲ ਜਰਨਲਿਜ਼ਮ ਵਿਸ਼ੇ 'ਤੇ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ, ਜਿਸ ਦੌਰਾਨ ਦਿੱਲੀ ਤੋਂ ਆਏ ਮਾਹਿਰਾਂ ਨੇ ਅਜੋਕੇ ਸਮੇਂ ਮੋਬਾਈਲ ਜਰਨਲਿਜ਼ਮ ਦੇ ਮਾਧਿਅਮ ਰਾਹੀਂ ਲੋਕ ਜਾਗਰੂਕਤਾ ਪੈਦਾ ਕਰਨ ਦੀਆਂ ਨਵੀਆਂ ਤਕਨੀਕਾਂ 'ਤੇ ਅਹਿਮ ਵਿਚਾਰਾਂ ਸਾਂਝੀਆਂ ਕੀਤੀਆਂ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾਕਟਰ ਮਹਿਲ ਸਿੰਘ ਦੇ ਸਹਿਯੋਗ ਨਾਲ ਕਰਵਾਈ ਉਕਤ ਵਰਕਸ਼ਾਪ 'ਚ ਮੁੱਖ ਮਹਿਮਾਨ ਵਜੋਂ ਪ੍ਰਿੰਸੀਪਲ ਵਿਗਿਆਨਿਕ ਅਫਸਰ ਵਿਗਿਆਨ ਪ੍ਰਸਾਰ ਡਾਕਟਰ ਬੀ ਕੇ ਤਿਆਗੀ, ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ ਦੇ ਸੰਯੁਕਤ ਡਾਇਰੈਕਟਰ ਪ੍ਰੋਫੈਸਰ
ਡਾਕਟਰ ਕੇਐਸ ਬਾਟ ਨੇ ਵਿਸ਼ੇਸ਼ ਸ਼ਿਰਕਤ ਕੀਤੀ। ਮੈਨੂੰ ਇਹ ਦੱਸਦੇ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਵੀ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ ਇੱਕ ਨੋਡਲ ਏਜੰਸੀ ਹੈ ਜਿਹੜੀ ਅਵੇਅਰਨੈਸ ਪੈਦਾ ਕਰਦੀ ਹੈ ਅਸੀਂ ਨੇਚਰ ਨੂੰ ਕਿਵੇਂ ਪ੍ਰੋਟੈਕਟ ਕਰਨਾ ਇਨਵਾਇਰਮੈਂਟ ਨੂੰ, ਔਰ ਉਹਨਾਂ ਖਾਲਸਾ ਕਾਲਜ ਚੁਣਿਆ ਉਹ ਵੀ ਡਿਪਾਰਟਮੈਂਟ ਜਰਨਲਿਜ਼ਮ ਦਾ। ਤੁਸੀਂ ਮੀਡੀਆ ਪਰਸਨ ਜਰਨਲਿਜ਼ਮ ਦੀ ਸਾਈਡ ਤੋਂ, ਉਹ ਸਾਡੇ ਜਰਨਲਿਜ਼ਮ ਡਿਪਾਰਟਮੈਂਟ ਅਸੀਂ ਸੋਚਦੇ ਹਾਂ ਪਹਿਲਾਂ ਹੀ ਕੁਝ ਪ੍ਰੋਫੈਸ਼ਨਲ ਹੁੰਦਾ, ਉਹ ਵੈੱਲ ਔਰਗੇਨਾਈਜ਼ ਹੁੰਦਾ, ਸੁਚੇਤ ਹੁੰਦਾ, ਉਹਨੂੰ ਲੇਟੈਸਟ ਟੈਕਨੋਲੋਜੀ ਮੋਬਾਇਲ ਟੈਕਨੋਲੋਜੀ ਦੇ ਰਾਹੀਂ, ਮਤਲਬ ਛੋਟੀਆਂ ਛੋਟੀਆਂ ਫਿਲਮ ਬਣਾ ਕੇ ਛੋਟੀ ਛੋਟੀ ਵਟਸਐਪ ਰਾਹੀਂ ਕਿਸ ਤਰ੍ਹਾਂ ਅਸੀਂ ਸੈਂਸੀਟਾਈਜ਼ ਕਰੀਏ ਲੋਕਾਂ ਨੂੰ, ਸੁਚੇਤ ਕਰੀਏ। 3 ਰੋਜ਼ਾ ਵਰਕਸ਼ਾਪ ਖਾਲਸਾ ਕਾਲਜ ਵਿੱਚ ਲਗਾ ਰਹੇ ਹਾਂ, ਮੋਜ਼ੋ ਵਰਕਸ਼ਾਪ ਮੋਬਾਈਲ ਜਰਨਲਿਜ਼ਮ 'ਤੇ। ਇਹ ਇਨਵਾਇਰਮੈਂਟ ਐਜੂਕੇਸ਼ਨ ਪ੍ਰੋਗਰਾਮ ਦਾ ਪਾਰਟ ਹੈ ਜਿਹਦੇ ਵਿੱਚ ਅਸੀਂ ਇਹ ਯੂਥ ਨੂੰ ਨਾਲ ਜੋੜ ਕੇ ਇਨਵਾਇਰਮੈਂਟ ਅਵੇਅਰਨੈਸ ਕ੍ਰੀਏਟ ਕਰਨੀ ਚਾਹੁੰਦੇ। ਬਾਲੀਵੁੱਡ ਅਭਿਨੇਤਰੀ ਨੇਹਾ ਧੂਪੀਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜੇ। ਇਸ ਮੌਕੇ ਉਹਨਾਂ ਗੁਰੂ ਘਰ ਵਿੱਚ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕੀਤਾ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਕਿਹਾ ਕਿ ਬਹੁਤ ਜਲਦੀ ਉਹਨਾਂ ਦੀਆਂ ਨਵੀਆਂ ਫਿਲਮਾਂ ਆਉਣ ਵਾਲੀਆਂ ਹਨ ਜੋ ਵੱਡੇ ਪਰਦੇ 'ਤੇ ਰਿਲੀਜ਼ ਹੋਣਗੀਆਂ। ਮੈਂ ਕਹਿਣਾ ਚਾਹੂੰਗੀ ਕਿ ਬਹੁਤ ਹੀ ਅੱਛਾ ਲੱਗਤਾ ਹੈ ਜਿਤਨੀ ਬਾਰ ਹਮ ਯਹਾਂ ਆਤੇ ਹੈ ਐਂਡ ਅਭੀ ਤੋ ਹਮ ਅੰਦਰ ਜਾਣੇ ਵਾਲੇ ਹੈ ਟੂ ਸੀਕ ਆ ਬਲੈਸਿੰਗ, ਸੋ ਵੀ ਫੀਲ ਵੈਰੀ ਬਲੈਸਡ ਕਿ ਹਮਕੋ ਜਾਂ ਯਾਂ ਜਬ ਯਹਾਂ ਆਨੇ ਕੇ ਇੱਕ ਤੋ ਮੌਕੇ ਮਿਲਤੇ ਹੈ ਔਰ ਸਾਥ ਮੇਂ ਹਮਕੋ ਐਸੀ ਓਪਰਚੁਨਿਟੀਜ਼ ਮਿਲਤੀ ਹੈ ਕਿ ਕਭੀ ਕਭੀ ਕਾਮ ਹਮੇ ਯਹਾਂ ਲੈ ਆਤਾ ਹੈ ਤੋ ਦਿਲ ਬੜਾ ਖੁਸ਼ ਹੋਤਾ ਹੈ ਯਹਾਂ ਆਕੇ। ਯੈਸ ਅਭੀ ਆਗੇ ਵੀ ਆਗੇ ਕਾਫੀ ਫਿਲਮਸ ਆਨੇ ਵਾਲੀ ਹੈ। ਈਦ ਉਲ ਫਿਤਰ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਮਸਜਿਦ ਮੌਲਾ ਬਖਸ਼ ਬਾਜ਼ਾਰ ਸਿਰਕੀ ਬੰਦਾ ਵਿਖੇ ਮੌਲਾਨਾ ਸ਼ਾਹਿਦ ਅਹਿਮਦ ਨੇ ਈਦ ਦੀ ਨਮਾਜ਼ ਪੜ੍ਹੀ ਅਤੇ ਦੇਸ਼ ਦੀ ਤਰੱਕੀ ਅਤੇ ਆਪਸੀ ਭਾਈਚਾਰੇ ਦੀ ਦੁਆ ਕੀਤੀ। ਇਸ ਮੌਕੇ ADCP ਦਰਪਨ ਆਹਲੂਵਾਲੀਆ, ਪ੍ਰਧਾਨ ਰਵੀ ਨੰਦਾ, ਸ਼ਿਵ ਸੈਨਾ ਪ੍ਰਧਾਨ ਸਚਿਨ ਮਹਿਰਾ, ਅਮਨ ਵਰਮਾ, ਪ੍ਰਧਾਨ ਮਨਜੀਤ, ਪ੍ਰਧਾਨ ਵਨੀਤਾ, ਮੋਨਰ ਮਲਿਕ, ਮੌਲਾਨਾ ਰਸ਼ਿਦ ਕਾਸ਼ਮੀ, ਸੰਜੀਵ ਸੋਢੀ ਸਮੇਤ ਕਈ ਲੋਕ ਮੌਜੂਦ ਸਨ। ਔਰ ਜਿਤਨੇ ਵੀ ਤਮਾਮ ਕੇ ਤਮਾਮ ਸਭੀ ਧਰਮੋਂ ਕੇ ਲੋਕ ਯਹਾਂ ਪਰ ਹਮਨੇ ਆਜ ਮਿਲ ਕਰ ਯੇ ਤਿਉਹਾਰ ਮਨਾਇਆ। ਔਰ ਅੰਮ੍ਰਿਤਸਰ ਹਮਾਰਾ ਵੋ ਸ਼ਹਿਰ ਹੈ ਕਿ ਜਿਸਕੀ ਯੇ ਖੂਬਸੂਰਤੀ ਪਿਆਰ ਮੁਹੱਬਤ ਭਾਈਚਾਰੇ ਕੇ ਲੀਏ ਜੋ ਹੈ ਇੱਕ ਜੋ ਹੈ ਬੜੀ ਮਸ਼ਹੂਰ ਹੈ। ਆਜ ਕੇ ਜੋ ਹੈ ਇਸ ਸ਼ੁਭ ਅਵਸਰ ਪਰ ਮੈਂ ਸਭੀ ਜੋ ਹੈ ਆਨੇ ਵਾਲੇ ਜੋ ਯਹਾਂ ਪਰ ਆਏ ਉਨਕਾ ਧੰਨਵਾਦ ਕਰਤਾ ਹੂੰ ਅਤੇ ਸਾਰੇ ਅੰਮ੍ਰਿਤਸਰ ਵਾਸੀਆਂ ਨੂੰ, ਸਾਰੇ ਦੇਸ਼ ਵਾਸੀਆਂ ਨੂੰ, ਸਾਰੇ ਮੁਸਲਿਮ ਸਮਾਜ ਨੂੰ, ਮੈਂ ਹਿੰਦੂ ਸਮਾਜ ਵੱਲੋਂ ਅੱਜ ਈਦ ਦੀ ਬਹੁਤ ਬਹੁਤ ਮੁਬਾਰਕਾਂ ਦਿੰਦਾ। ਸ਼ਿਵਾਲਾ ਬਾਗ ਪਾਈਆਂ ਮੰਦਿਰ ਕਮੇਟੀ ਵੱਲੋਂ ਨਵਰਾਤਰਿਆਂ ਦੇ ਸੰਬੰਧ ਵਿੱਚ 9 to 12:30 ਵਜੇ ਤੱਕ ਜਾਗਰਣ ਕੀਤੇ ਜਾ ਰਹੇ ਹਨ। ਇਹ ਜਾਗਰਣ 9 to 16 April ਤੱਕ ਕੀਤੇ ਜਾਣਗੇ। ਵੱਡੀ ਗਿਣਤੀ ਵਿੱਚ ਸੰਗਤਾਂ ਪਹੁੰਚ ਕੇ ਮਹਾਮਾਈ ਦਾ ਆਸ਼ੀਰਵਾਦ ਪ੍ਰਾਪਤ ਕਰ ਰਹੀਆਂ ਹਨ। ਇਸ ਮੌਕੇ ਕਾਰਜਕਾਰੀ ਪ੍ਰਧਾਨ ਸੰਜੇ ਅਰੋੜਾ, ਸ਼ਿਵਾਲਾ ਬਾਗ ਪਾਈਆਂ ਦੇ PRO ਵਿਜੇ ਰੌਲੀ, ਸਕੱਤਰ ਅਸ਼ਵਨੀ ਸ਼ਰਮਾ, ਅਸ਼ੋਕ ਸ਼ਰਮਾ ਅਤੇ ਡਾਕਟਰ ਸੁਰੇਸ਼ ਸੂਦ ਵੀ ਮੌਜੂਦ ਸਨ। ਪ੍ਰਸਿੱਧ ਭਜਨ ਮੰਡਲੀਆਂ ਹਾਜ਼ਰੀਆਂ ਭਰ ਰਹੀਆਂ ਹਨ। ਸ਼੍ਰੀ ਦੁਰਗਿਆਣਾ ਤੀਰਥ ਦੇ ਸੀਤਲਾ ਮਾਤਾ ਮੰਦਿਰ ਵਿਖੇ ਨਵਰਾਤਰਿਆਂ ਦੇ ਸੰਬੰਧ ਵਿੱਚ ਰੋਜ਼ਾਨਾ ਸਤਕੀਰਤਨ ਕੀਤੇ ਜਾ ਰਹੇ ਹਨ। ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰੀਆਂ ਭਰ ਰਹੀਆਂ ਹਨ। ਨਵਰਾਤਰਿਆਂ ਦੇ ਸੰਬੰਧ ਵਿੱਚ ਮੰਦਿਰ ਮਾਤਾ ਲਾਲ ਦੇਵੀ ਮਾਡਲ ਟਾਊਨ ਵਿਖੇ ਸਤਕੀਰਤਨ ਕੀਤੇ ਜਾ ਰਹੇ ਹਨ। ਇਸ ਮੌਕੇ ਅਮਿਤ ਰਾਜਨ ਨੇ ਸਤਕੀਰਤਨ ਕੀਤਾ। ਜੀ ਹੋ 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 ਜੀ ਹੋ
ਸ਼੍ਰੀ ਮੁਕਤੀ ਨਾਰਾਇਣ ਧਾਮ, ਵੈਂਕਟੇਸ਼ ਮੰਦਿਰ, ਤਿਰੂਪਤੀ ਬਾਲਾਜੀ ਮੰਦਿਰ, ਗ੍ਰੀਨਫੀਲਡ ਮਜੀਠਾ ਰੋਡ ਵਿਖੇ ਮੰਗਲਵਾਰ ਤੋਂ ਨਵਰਾਤਰੇ ਮੌਕੇ ਦੇਵੀ ਭਗਵਤੀ ਦਾ ਦੀਵਾ ਜਗਾਇਆ ਗਿਆ। ਮੰਦਿਰ ਵਿੱਚ ਮਾਂ ਭਗਵਤੀ ਦਾ ਵਿਸ਼ਾਲ ਦਰਬਾਰ ਬਣਾਇਆ ਗਿਆ। ਮੰਦਿਰ ਟਰੱਸਟ ਦੇ ਬੁਲਾਰੇ ਚਰਨਜੀਤ ਅਗਨੀਹੋਤਰੀ, ਕ੍ਰਿਸ਼ਨ ਦੇਵ ਅਗਨੀਹੋਤਰੀ, ਚਰਨਜੀਤ ਭਾਸਕਰ, ਸੁਨੀਲ ਉੱਪਲ, ਰਵੀ ਸ਼ਰਮਾ, ਰੁਪੇਸ਼ ਗੋਇੰਕਾ, ਭਾਰਤ ਭੂਸ਼ਣ ਗੁਪਤਾ, ਰਾਮਜੀ ਦਾਸ, ਨਵਦੀਪ ਫਰੇਕੀ, ਹਰੀਕ੍ਰਿਸ਼ਨ ਚਾਵਲਾ ਸਮੇਤ ਕਈ ਲੋਕ ਮੌਜੂਦ ਸਨ। ਕਾਲੀ ਮਾਤਾ ਮੰਦਿਰ ਦੁਰਗਿਆਨਾ ਆਬਾਦੀ ਦੇ ਮਹੰਤ ਸੰਜੇ ਸੇਠ ਦੀ ਪ੍ਰਧਾਨਗੀ ਹੇਠ ਨਵਰਾਤਰੀ ਮੌਕੇ ਰੋਜ਼ਾਨਾ ਸਤਕੀਰਤਨ ਕੀਤੇ ਜਾ ਰਹੇ ਹਨ। ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰੀਆਂ ਭਰ ਰਹੀਆਂ ਹਨ। ਨਵਰਾਤਰੇ ਦੇ ਮੌਕੇ ਤੇ ਰੋਜ਼ਾਨਾ ਖਿਲੌਣਿਆਂ ਵਾਲੇ ਬਾਜ਼ਾਰ ਵਿਖੇ ਕੀਰਤਨ ਕੀਤੇ ਜਾ ਰਹੇ ਹਨ। ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰੀਆਂ ਭਰ ਰਹੀਆਂ ਹਨ। ਚੌਂਕ ਚਿੰਤਪੂਰਨੀ ਮੰਦਿਰ ਵਿਖੇ ਨਵਰਾਤਰਿਆਂ ਦੇ ਸੰਬੰਧ ਵਿੱਚ ਸਤਕੀਰਤਨ ਕੀਤੇ ਜਾ ਰਹੇ ਹਨ। ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰੀਆਂ ਭਰ ਰਹੀਆਂ ਹਨ। ਗੁਫਾ ਵਾਲਾ ਮੰਦਿਰ ਕਟੜਾ ਖਜ਼ਾਨਾ ਮਨੋਜ ਜੀ ਮਹਾਰਾਜ ਦੀ ਅਗਵਾਈ ਹੇਠ ਨਵਰਾਤਰਿਆਂ ਦੇ ਸੰਬੰਧ ਵਿੱਚ ਮਹਾਰਾਣੀ ਦਾ ਗੁਣਗਾਨ ਕੀਤਾ ਜਾ ਰਿਹਾ ਹੈ। ਜਬ ਹਮ ਹਨੁਮਾਨ ਜੀ ਕੇ ਨਾਮ ਕਾ ਅਕਬਰ ਨੇ ਬਹੁਤ ਪ੍ਰਾਰਥਨਾ ਕੀ ਸਮਝੀ ਆਪ ਤੁਲਸੀਦਾਸ ਜੀ ਕਾ ਜੋ ਪ੍ਰਯਾਸ ਥਾ ਵੋ ਵੀ ਹਨੁਮਾਨ ਮੂਰਤੀ ਮੰਗਲ ਭਵਨਿਆ ਮੰਗਲ ਪਰ ਅਕਬਰ ਨੇ ਬਾਅਦ ਮੇਂ ਹਨੁਮਾਨ ਜੀ ਕੇ ਮੰਦਿਰ ਕੀ ਮਾਤਾ ਵੈਸ਼ਨੋ ਦੇਵੀ ਸੇਵਕ ਸਭਾ ਵੱਲੋਂ ਕਰਵਾਏ ਗਏ 7ਵੇਂ ਸਾਲਾਨਾ ਜਾਗਰਣ ਮੌਕੇ ਚੌਂਕ ਫੁੱਲਾਂ ਵਾਲਾ ਵਿਖੇ ਬੜੀ ਧੂਮਧਾਮ ਨਾਲ ਝੰਡਾ ਲਹਿਰਾਇਆ ਗਿਆ। ਇਸ ਮੌਕੇ ਮਾਤਾ ਵੈਸ਼ਨੋ ਦੇਵੀ ਸੇਵਕ ਸਭਾ ਦੇ ਸਮੂਹ ਮੈਂਬਰ ਹਾਜ਼ਰ ਸਨ। ਕੁੱਬੀ ਬੇਰੀ ਮੰਦਿਰ ਵਿਖੇ ਨਵਰਾਤਰਿਆਂ ਦੇ ਸੰਬੰਧ ਵਿੱਚ ਪ੍ਰਮੋਦ ਪਾਟਿਆ ਦੀ ਅਗਵਾਈ ਹੇਠ ਮਾਤਾ ਰਾਣੀ ਦਾ ਗੁਣਗਾਨ ਕੀਤਾ ਜਾ ਰਿਹਾ ਹੈ। ਕਾਲੀ ਮਾਤਾ ਮੰਦਿਰ ਟਾਪ ਵਸਤੀ ਰਾਮ ਵਿਖੇ ਨਵਰਾਤਰਿਆਂ ਦੇ ਸੰਬੰਧ ਵਿੱਚ ਸਤਕੀਰਤਨ ਕੀਤੇ ਜਾ ਰਹੇ ਹਨ। ਬਾਬਾ ਬਾਲਕ ਨਾਥ ਮੰਦਿਰ ਚੌਂਕ ਲੋਹਗੜ੍ਹ ਵਿਖੇ ਨਵਰਾਤਰੇ ਮੌਕੇ ਰੋਜ਼ਾਨਾ ਸਤਕੀਰਤਨ ਕੀਤੇ ਜਾ ਰਹੇ ਹਨ। ਬਾਬਾ ਲਾਲ ਦਿਆਲ ਜੀ ਸੰਤੋਖਸਰ ਵਿਖੇ ਨਵਰਾਤਰਿਆਂ ਦੇ ਸੰਬੰਧ ਵਿੱਚ ਮਹੰਤ ਅਨੰਦਾਸ ਜੀ ਦੀ ਪ੍ਰਧਾਨਗੀ ਹੇਠ ਰੋਜ਼ਾਨਾ ਸਤਕੀਰਤਨ ਕੀਤੇ ਜਾ ਰਹੇ ਹਨ।
ਸ਼ਕਤੀ ਡੇਰਾ ਰਾਧਾ ਵੱਲਭ ਮੰਦਿਰ ਲੋਹਗੜ੍ਹ ਗੇਟ ਵਿਖੇ ਨਵਰਾਤਰਿਆਂ ਦੇ ਸੰਬੰਧ ਵਿੱਚ ਰੋਜ਼ਾਨਾ ਸਤਿਕੀਰਤਨ ਕੀਤੇ ਜਾ ਰਹੇ ਹਨ। ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰੀਆਂ ਭਰ ਰਹੀਆਂ ਹਨ। ਟੁੰਡਾ ਤਲਾਬ ਵਿਖੇ ਸੋਨੂ ਪਵਨ ਜੀ ਮਹਾਰਾਜ ਚੌਂਕੀ ਨਵਰਾਤਰੀ ਦੇ ਮੌਕੇ ਤੇ ਸਤਿਕੀਰਤਨ ਕਰਵਾ ਰੱਖਿਆ। ਇਸ ਮੌਕੇ ਰਾਜੀਵ ਅਨੇਜਾ, ਵਿਪਿਨ ਖੰਨਾ, ਅਸ਼ੋਕ ਵਰਮਾ, ਸੁਨੀਲ ਆਨੰਦ ਹਾਜ਼ਰ ਸਨ। ਸ਼੍ਰੀ ਵੈਸ਼ਨੋ ਦਰਬਾਰ ਗਲੀ ਜੜਾਓ ਵਾਲੀ ਚੌਂਕ ਫੁੱਲਾਂ ਵਾਲਾ ਵਿਖੇ ਨਵਰਾਤਰੇ ਮੌਕੇ ਰੋਜ਼ਾਨਾ ਸਤਿਕੀਰਤਨ ਕੀਤਾ ਜਾ ਰਿਹਾ ਹੈ। ਗਲੀ ਮਾਈ ਰਾਮ ਵੈਸ਼ਨੋ ਦਰਬਾਰ ਵਿਖੇ ਨਵਰਾਤਰਿਆਂ ਦੇ ਸੰਬੰਧ ਵਿੱਚ ਸਤਿਕੀਰਤਨ ਕਰਵਾਏ ਜਾ ਰਹੇ ਹਨ। ਸ਼ਿਵਾਲਾ ਕਿਲ੍ਹਾ ਪੰਗੀਆਂ ਨਵਰਾਤਰੇ ਮੌਕੇ ਰੋਜ਼ਾਨਾ ਸਤਿਕੀਰਤਨ ਕੀਤੇ ਜਾ ਰਹੇ ਹਨ। ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰੀਆਂ ਭਰ ਰਹੀਆਂ ਹਨ। ਰਾਧਾ ਵੱਲਭ ਮੰਦਿਰ ਗਲੀ ਮਸਤਗੜ੍ਹ ਵਿਖੇ ਨਵਰਾਤਰਿਆਂ ਦੇ ਸੰਬੰਧ ਵਿੱਚ ਸਤਿਕੀਰਤਨ ਕੀਤੇ ਜਾ ਰਹੇ ਹਨ। ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰੀਆਂ ਭਰ ਰਹੀਆਂ ਹਨ। ਤੁਲਸੀਦਾਸ ਮੰਦਿਰ ਕਟੜਾ ਦੁੱਲੋ ਵਿਖੇ ਨਵਰਾਤਰਿਆਂ ਦੇ ਸੰਬੰਧ ਵਿੱਚ ਮਹਾਰਾਣੀ ਦਾ ਗੁਣਗਾਨ ਕੀਤਾ ਜਾ ਰਿਹਾ ਹੈ। ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰੀਆਂ ਭਰ ਰਹੀਆਂ ਹਨ। ਨਵਰਾਤਰਿਆਂ ਦੇ ਸ਼ੁਭ ਅਵਸਰ ਤੇ ਪਰਮ ਸੰਤ ਅਦਵੈਤ ਸਰੂਪ ਸ਼੍ਰੀ ਆਰਤੀ ਦੇਵਾ ਮਹਾਰਾਜ ਜੀ ਦੀ ਪ੍ਰਧਾਨਗੀ ਹੇ 9 ਅਪ੍ਰੈਲ ਤੋਂ 16 ਅਪ੍ਰੈਲ ਤੱਕ ਪੰਜਾਂ ਰਾਮਾਇਣਾਂ ਦੇ ਪਾਠ ਅਤੇ ਸ਼੍ਰੀ ਦੁਰਗਾ ਸਪਤਸ਼ਤੀ ਮਹਾਚੰਡੀ ਯੱਗ ਪਰਮ ਸੰਤ ਅਦਵੈਤ ਸਰੂਪ ਸ਼੍ਰੀ ਆਰਤੀ ਦੇਵਾ ਜੀ ਦੀ ਪ੍ਰਧਾਨਗੀ ਹੇ ਸ਼੍ਰੀ ਦੁਰਗਾ ਮੰਦਿਰ ਟਰੱਸਟ ਕਰਤਾਰ ਨਗਰ ਸ਼ਿਹਾਟਾ ਵਿਖੇ ਮਾਤਾ ਕੀ ਚੌਂਕੀ ਸਮਾਗਮ ਸ਼ਾਮ 7 ਵਜੇ ਤੱਕ ਹੋਵੇਗਾ। ਬਹੰਤ ਹੇਮਕੁੰਜ ਬੰਧੂ ਮਹਾਰਾਜ ਜੀ ਵਰਿੰਦਾਵਨ ਵਾਲੇ ਅਤੇ ਵੱਖ ਵੱਖ ਭਜਨ ਜਥੇ 7 ਤੋਂ 10 ਵਜੇ ਤੱਕ ਭਜਨਾਂ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ। 45ਵਾਂ ਪ੍ਰਕਾਸ਼ ਉਤਸਵ 16 ਅਪ੍ਰੈਲ ਦਿਨ ਮੰਗਲਵਾਰ ਨੂੰ ਅਸ਼ਟਮੀ ਵਾਲੇ ਦਿਨ ਬੜੀ ਧੂਮਧਾਮ ਨਾਲ ਮਨਾਇਆ ਜਾਵੇਗਾ, ਜਿਸ ਦਾ ਸਿੱਧਾ ਪ੍ਰਸਾਰਣ ਚੈਨਲ ਨੰਬਰ 998 ਉੱਪਰ ਕੀਤਾ ਜਾਵੇਗਾ। ਸ਼੍ਰੀ ਸ਼੍ਰੀ 1008 ਨਿਰਮਲੇ ਸੰਤ ਹਰ ਸਿੰਘ ਜੀ ਮਹਾਰਾਜ ਬਾਬਾ ਪੋੜੇ ਵਾਲੇ ਮੰਦਿਰ ਸ਼ਿਹਾਟਾ ਵਿਖੇ ਨਵਰਾਤਰਿਆਂ ਦੇ ਸੰਬੰਧ ਵਿੱਚ ਸੰਤ ਵਿਸ਼ਾਲ ਜੀ ਦੀ ਅਗਵਾਈ ਹੇ ਸ਼੍ਰੀ ਦੁਰਗਾ ਸਤੁਤੀ, ਸੰਕਟ ਮੋਚਨ ਅਤੇ ਹਨੂੰਮਾਨ ਚਾਲੀਸਾ ਦੇ ਪਾਠ 3 ਤੋਂ 5 ਵਜੇ ਤੱਕ ਰੋਜ਼ਾਨਾ ਕੀਤੇ ਜਾ ਰਹੇ ਹਨ। ਚੇਅਰਮੈਨ ਅਸ਼ੋਕ ਕੁਮਾਰ ਬੇਦੀ, ਪ੍ਰਧਾਨ ਦੀਪਕ ਬਹਿਲ, ਸੰਦੀਪ ਰਾਮਪਾਲ, ਦੀਪਕ ਰਾਮਪਾਲ, ਅਮਨ ਰਾਮਪਾਲ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰੀਆਂ ਭਰ ਰਹੀਆਂ ਹਨ।
ਡੇਰਾ ਨਵ ਸ਼ਕਤੀ ਵੱਲੋਂ ਨਵਰਾਤਰਿਆਂ ਦੇ ਸੰਬੰਧ ਵਿੱਚ ਮੰਦਿਰ ਮਾਤਾ ਕੌਸ਼ਲਿਆ ਦੇਵੀ ਜਾਮੁਨ ਵਾਲੀ ਸੜਕ ਵਿਖੇ ਭਗਵਤੀ ਜਾਗਰਣ ਦਾ ਆਯੋਜਨ ਪ੍ਰਧਾਨ ਪ੍ਰਮੋਦ ਮਹਿਰਾ ਦੀ ਅਗਵਾਈ ਵਿੱਚ ਕੀਤਾ ਜਾ ਰਿਹਾ ਹੈ। ਇਸ ਮੌਕੇ ਪ੍ਰੇਮ ਸ਼ਰਮਾ, ਰੋਹਿਤ ਸ਼ਰਮਾ, ਪੰਕਜ ਸ਼ਰਮਾ ਵੱਲੋਂ ਮਹਾਮਾਈ ਦਾ ਗੁਣਗਾਨ ਕੀਤਾ ਜਾ ਰਿਹਾ ਹੈ। ਗੋਪਾਲ ਮੰਦਿਰ ਗੋਪਾਲ ਨਗਰ ਮਜੀਠਾ ਰੋਡ ਵਿਖੇ ਨਵਰਾਤਰਿਆਂ ਦੇ ਸੰਬੰਧ ਵਿੱਚ ਮਾਤਾ ਜੀ ਦੀ ਚੌਂਕੀ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਮੌਕੇ ਮਸ਼ਹੂਰ ਪਾਰਟੀਆਂ ਵੱਲੋਂ ਮਹਾਮਾਈ ਦਾ ਗੁਣਗਾਨ ਕੀਤਾ ਜਾ ਰਿਹਾ ਹੈ। ਇਸ ਮੌਕੇ ਪ੍ਰਧਾਨ ਕੈਲਾਸ਼ ਕਲਹਨ, ਜਨਰਲ ਸੈਕਟਰੀ ਸੁਨੀਲ ਆਨੰਦ, ਸੀਨੀਅਰ ਵਾਈਸ ਪ੍ਰਧਾਨ ਰਕੇਸ਼ ਤੁਲੀ, ਵਾਈਸ ਪ੍ਰਧਾਨ ਨਰੇਸ਼ ਆਨੰਦ, ਫਾਈਨੈਂਸ ਸੈਕਟਰੀ ਗੌਰਵ ਸ਼ਰਮਾ, ਅਕਾਊਂਟ ਸੈਕਟਰੀ ਪੰਕਜ ਸੇਠ ਵੀ ਹਾਜ਼ਰ ਸਨ। ਨਵਰਾਤਰਿਆਂ ਦੇ ਸੰਬੰਧ ਵਿੱਚ ਸ਼੍ਰੀ ਰਘੂਨਾਥ ਮੰਦਿਰ ਵਿਜੇ ਨਗਰ ਬਟਾਲਾ ਰੋਡ ਵਿਖੇ ਮਾਤਾ ਜੀ ਦੀ ਚੌਂਕੀ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਮੌਕੇ ਤੇ ਕਿਸ਼ਨ ਲਾਲ ਕਾਲਾ ਪਾਰਟੀ ਵੱਲੋਂ ਮਹਾਮਾਈ ਦਾ ਗੁਣਗਾਨ ਕੀਤਾ ਜਾ ਰਿਹਾ ਹੈ। ਪ੍ਰਧਾਨ ਜੋਗਿੰਦਰ ਪਾਲ ਸਰੀਨ, ਰਾਜਕੁਮਾਰ ਪੱਪੂ, ਕਮਲ ਕੁਮਾਰ, ਵਿਨੋਦ ਸ਼ਰਮਾ, ਵਿਵੇਕ ਸ਼ਰਮਾ, ਅਸ਼ਵਨੀ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰੀਆਂ ਭਰ ਰਹੀਆਂ ਹਨ। ਹਰੀ ਮੰਦਿਰ ਗੋਪਾਲ ਨਗਰ ਮਜੀਠਾ ਰੋਡ ਵਿਖੇ ਨਵਰਾਤਰਿਆਂ ਦੇ ਸੰਬੰਧ ਵਿੱਚ ਮਾਤਾ ਜੀ ਦੀ ਚੌਂਕੀ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਮੌਕੇ ਮਹਾਮਾਈ ਦਾ ਗੁਣਗਾਨ ਕੀਤਾ ਜਾ ਰਿਹਾ ਹੈ। ਚਰਨਜੀਤ ਦੇਵਕਰ, ਸੁਰਿੰਦਰ ਮਹਾਜਨ, ਹੈਪੀ ਅਰੋੜਾ, ਮਦਨ ਮਹਾਜਨ, ਦੁਸ਼ਯੰਤ, ਸਤਪਾਲ ਠਾਕੁਰ, ਜੋਗਿੰਦਰ ਪਾਲ, ਪੰਡਿਤ ਮਹਾਬੀਰ ਪ੍ਰਸਾਦ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰੀਆਂ ਭਰ ਰਹੀਆਂ ਹਨ। ਨਵਰਾਤਰੇ ਦੇ ਸ਼ੁਭ ਅਵਸਰ ਤੇ ਪਰਮ ਸੰਤ ਅਦਵੈਤ ਸਰੂਪ ਸ਼੍ਰੀ ਆਰਤੀ ਦੇਵਾ ਜੀ ਮਹਾਰਾਜ ਦੀ ਪ੍ਰਧਾਨਗੀ ਹੇ 9 ਅਪ੍ਰੈਲ ਤੋਂ 16 ਅਪ੍ਰੈਲ ਤੱਕ 5 ਰਮਾਇਣਾ ਦੇ ਪਾਠ ਅਤੇ ਸ਼੍ਰੀ ਦੁਰਗਾ ਸਪਤਸ਼ਤੀ ਮਹਾਚੰਡੀ ਯੱਗ ਪਰਮ ਸੰਤ ਅਦਵੈਤ ਸਰੂਪ ਸ਼੍ਰੀ ਆਰਤੀ ਦੇਵਾ ਜੀ ਦੀ ਪ੍ਰਧਾਨਗੀ ਹੇ ਸ਼੍ਰੀ ਦੁਰਗਾ ਮਾਤਾ ਮੰਦਿਰ ਕਰਤਾਰ ਨਗਰ ਛਿਹਾਟਾ ਵਿਖੇ ਮਾਤਾ ਜੀ ਦੀ ਚੌਂਕੀ ਸਮਾਗਮ 7 ਵਜੇ ਤੱਕ ਹੋਵੇਗਾ। ਮਹੰਤ ਹੇਮਕੁੰਜ ਬੰਧੂ ਮਹਾਰਾਜ ਜੀ ਵਰਿੰਦਾਵਨ ਵਾਲੇ ਭਜਨਾਂ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ। ਮੰਦਿਰ ਰਾਧੇ ਸ਼ਾਮ ਭਾਰਤ ਨਗਰ ਬਟਾਲਾ ਰੋਡ ਵਿਖੇ ਨਵਰਾਤਰਿਆਂ ਦੇ ਸੰਬੰਧ ਵਿੱਚ ਸਤਕੀਰਤਨ ਕੀਤੇ ਜਾ ਰਹੇ ਹਨ। ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰੀਆਂ ਭਰ ਰਹੀਆਂ ਹਨ। ਸ਼ਿਵ ਸ਼ਕਤੀ ਸ਼ਿਵ ਪਰਿਵਾਰ ਡੇਰੇ ਵੱਲੋਂ ਅਸ਼ਟਮੀ ਬੜੀ ਧੂਮਧਾਮ ਨਾਲ ਮਨਾਈ ਜਾ ਰਹੀ ਹੈ। ਮਹੰਤ ਬ੍ਰਿਜ ਮੋਹਨ ਸ਼ਰਮਾ, ਪਵਨ ਸ਼ਾਸਤਰੀ, ਆਸ਼ੂ ਪਾਟਿਆ ਪਾਰਟੀ ਵੱਲੋਂ ਹਾਜ਼ਰੀ ਭਰੀ ਗਈ। ਅਤੇ ਆਖਿਰ ਵਿੱਚ ਮੁੱਖ ਖਬਰਾਂ ਇੱਕ ਵਾਰ ਫਿਰ ਤੋਂ। ਪੂਰੇ ਸੰਸਾਰ 'ਚ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਈਦ ਉਲ ਫਿਤਰ ਦਾ ਤਿਉਹਾਰ। BSF ਦੀ 144 ਬਟਾਲੀਅਨ ਅਤੇ ਮੱਧ ਪ੍ਰਦੇਸ਼ ਦੀ NGO ਵੱਲੋਂ ਲਗਾਇਆ ਗਿਆ ਸਪੈਸ਼ਲ ਕੈਂਪ।
ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 13 ਅਪ੍ਰੈਲ ਨੂੰ ਰਵਾਨਾ ਕੀਤਾ ਜਾਵੇਗਾ ਪਾਕਿਸਤਾਨ ਗੁਰੂਤਾਮਾ ਲਈ ਜੱਥਾ। ਇਹ ਸਨ ਅੱਜ ਦੀਆਂ ਖਬਰਾਂ, ਅਸੀਂ ਅਗਲੇ ਬੁਲੇਟਿਨ ਵਿੱਚ ਫਿਰ ਮਿਲਾਂਗੇ। ਹੁਣ ਮੈਨੂੰ ਦਿਓ ਇਜਾਜ਼ਤ, ਧੰਨਵਾਦ।